ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨ ਕੌਰ ਅੱਜ 21 ਸਤੰਬਰ ਹੈ ਦਿਨ ਮੰਗਲਵਾਰ ਹੈ ਖਬਰਾਂ ਦੇ ਵਿਸਾਰਤ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ ਅੱਜ ਦੀ ਇੱਕ ਵੱਡੀ ਖਬਰ ਇਹ ਹੈ ਕਿ ਅੱਜ ਤੱਕ ਯਾਨਕਿ 21 ਸਤੰਬਰ ਤੱਕ ਤੱਕ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਅਨੰਦਪੁਰ ਸਾਹਿਬ ਦੀ ਪੁਲਿਸ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇ ਅੱਜ ਤੱਕ ਤੁਸੀਂ ਬੇਅਦਬੀ ਕਰਨ ਵਾਲੇ ਦੋਸ਼ੀ ਦੇ ਪਿੱਛੇ ਅਸਲ ਦੋਸ਼ੀਆਂ ਦਾ ਪਤਾ ਨਾ ਲਾਇਆ ਤੇ ਉਹਨੂੰ ਕੋਈ ਮਿਸਾਲੀ ਸਜ਼ਾ ਨਾ ਦਿੱਤੀ ਤਾਂ ਸੰਗਤ ਹੈ ਜਿਹੜੀ ਉਹ ਆਪ ਫੈਸਲਾ ਕਰੇਗੀ ਦੋਸ਼ੀ ਦੇ ਖਿਲਾਫ ਸੋ ਅੱਜ ਅਨੰਦਪੁਰ ਸਾਹਿਬ ਤੋਂ ਕੋਈ ਵੱਡੀ ਖਬਰ ਹੈ ਜਿਹੜੀ ਆ ਸਕਦੀ ਹੈ ਬੇਅਦਬੀ ਦੇ ਕੇਸ ਦੇ ਵਿੱਚ ਦੂਸਰੀ ਵੱਡੀ ਇਹ ਖਬਰ ਹੈ ਕਿ ਪੰਜਾਬ ਦੇ 16ਵੇਂ ਮੁੱਖ ਮੰਤਰੀ ਦੇ ਵਜੋਂ ਚਰਨਜੀਤ ਸਿੰਘ ਚੰਨੀ ਨੇ ਅਹੁਦੇ ਦੀ ਸੌਂ ਚੁੱਕ ਲਈ ਹੈ ਪਰ ਚਰਨਜੀਤ ਸਿੰਘ ਚੰਨੀ ਦੇ ਸੌਂ ਚੁੱਕ ਸਮਾਗਮ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਪਹੁੰਚੇ ਉਹਨਾਂ ਨੇ ਚੰਨੀ ਨੂੰ ਲਾਂਚ ਤੇ ਜ਼ਰੂਰ ਸੱਦਾ ਦਿੱਤਾ ਸੀ ਪਰ ਕੱਲ ਚੰਨੀ ਰੁਝੇਵੇਂ ਹੋਣ ਕਰਕੇ ਲਾਂਚ ਤੇ ਵੀ ਨਹੀਂ ਪਹੁੰਚ ਸਕੇ ਹੋ ਸਕਦਾ ਹੈ ਕਿ ਅੱਜ ਮੁੱਖ ਮੰਤਰੀ ਨੇ ਜਿਹੜੇ ਉਹ ਸਾਬਕਾ ਮੁੱਖ ਮੰਤਰੀ ਦੇ ਸਿਸਵਾ ਫਾਰਮ ਹਾਊਸ ਤੇ ਦੁਪਹਿਰ ਦਾ ਭੋਜਨ ਛਕਣ ਜਾਣ ਤੇ ਕੱਲ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀ ਮਿਲਣ ਤੋਂ ਬਾਅਦ ਪੰਜਾਬ ਕ ਕਾਂਗਰਸ ਦੀ ਕੈਬਨਿਟ ਦੀ ਪਹਿਲੀ ਜਿਹੜੀ ਬੈਠਕ ਹੋਈ ਆ ਉਸ ਦੇ ਵਿੱਚ ਕਈ ਫੈਸਲੇ ਲਏ ਗਏ ਨੇ ਤੇ ਜਿਹੜੇ ਲੋਕ ਪੱਖੀ ਗਰੀਬ ਪੱਖੀ ਫੈਸਲੇ ਲਏ ਗਏ ਨੇ ਉਹਨਾਂ ਦਾ ਆਗਾਜ਼ ਹੈ ਜਿਹੜਾ 2 ਅਕਤੂਬਰ ਤੋਂ ਮਹਾਤਮਾ ਗਾਂਧੀ ਦੀ ਜਨਮ ਦਿਤੀ ਤੋਂ ਸ਼ੁਰੂ ਹੋ ਜਾਏਗਾ ਇਹ ਬੈਠਕ ਲੰਗੀ ਦੇਰ ਰਾਤ 11:30 ਪਾਉਣੇ 12 ਵਜੇ ਤੱਕ ਚੱਲੀ ਸਾਢੇ 1-3 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਆ ਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਮੰਤਰੀ ਮੰਡਲ ਨੇ ਪੰਜਾਬ ਦੀਆਂ ਅਨਸੂਚਿਤ ਜਾਤੀਆਂ ਤੇ ਗਰੀਬੀ ਰੇਖਾ ਤੋਂ ਹੇਠਲੇ ਘਰੇਲੂ ਖਪਤਕਾਰਾਂ ਦੇ ਲਈ ਮੁਫਤ ਬਿਜਲੀ ਦੇ ਯੂਨਿਟ 200 ਤੋਂ ਵਧਾ ਕੇ 300 ਚਰਚਾ ਕੀਤੀ ਹੈ ਅਗਲੀ ਕੈਬਨਿਟ ਬੈਠਕ ਦੇ ਵਿੱਚ ਵਧੇਰੇ ਮੁਕਸਕਤਰ ਬਿਜਲੀ ਨੂੰ ਇਸ ਸੰਬੰਧਿਤ ਤਜਵੀਜ਼ ਲਿਆਉਣ ਦੇ ਲਈ ਕਹਿ ਦਿੱਤਾ ਗਿਆ ਤਾਂ ਜੋ ਲੋਡਬੰਦ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ ਰੇਤ ਮਾਫੀਆ ਤੇ ਠੇਕੇਦਾਰੀ ਵਿਵਸਥਾ ਨੂੰ ਖਤਮ ਕਰਨ ਤੇ ਵੀ ਚਰਚਾ ਹੋਈ ਇਸ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੇ ਮਜ਼ਾਕਿਆ ਲੈਜ਼ੇ ਦੇ ਵਿੱਚ ਇਹ ਵੀ ਕਿਹਾ ਕਿ ਕਈ ਹੋਰ ਮਾਫੀਆ ਵੀ ਖਤਮ ਕੀਤੇ ਜਾਣਗੇ ਇਸ ਮੌਕੇ ਉਹਨਾਂ ਨੇ ਦੋ ਚੈਨਲਾਂ ਦੇ ਨਾਮ ਵੀ ਲਏ ਮੁੱਖ ਮੰਤਰੀ ਨੇ ਸ਼ਹਿਰੀ ਵਿਕਾਸ ਵਿਭਾਗ ਨੂੰ ਕਮਜ਼ੋਰ ਵਰਗਾਂ ਦੇ ਲਈ 32000 ਘਰਾਂ ਦਾ ਨਿਰਮਾਣ ਕਰਨ ਦੀ ਹਦਾਇਤ ਵੀ ਦੇ ਦਿੱਤੀ ਹੈ ਮੰਤਰੀ ਮੰਡਲ ਵੱਲੋਂ ਪਿੰਡੂ ਜਾਲਸਪਲਾਈ ਸਕੀਮਾ ਦੇ ਅੰਤਿਮ ਚੱਲ ਰਹੇ ਟਿਊਬਵੈਲਾਂ ਦੇ ਬਕਾਇਆ ਬਿਜਲੀ ਬਿੱਲਾਂ ਨੂੰ ਮਾਫ਼ ਕਰਨ ਉੱਤੇ ਵਿਚਾਰ-ਵਟਾਂਦਰਾ ਕੀਤਾ ਅਤੇ ਪਿੰਡੂ ਇਲਾਕਿਆਂ ਦੇ ਵਿੱਚ ਪਾਣੀ ਦੀ ਮੁਫਤ ਸਪਲਾਈ ਵੀ ਕਿਤੇ ਜਾਂਡਾ ਐਲਾਨ ਕੀਤਾ ਹੈ। ਮੰਤਰੀ ਮੰਡਲ ਨੇ ਸ਼ਹਿਰੀ ਖੇਤਰਾਂ ਦੇ ਖਪਤਕਾਰਾਂ ਨੂੰ ਘਰੇਲੂ ਪਾਣੀ ਤੇ ਸੀਵਰੇਜ ਤਰ੍ਹਾਂ ਤੋਂ ਰਾਹਤ ਦੇਣ ਤੇ ਵੀ ਚਰਚਾ ਕੀਤੀ ਹੈ। ਮੰਤਰੀ ਮੰਡਲ ਨੇ 5 ਮਰਲੇ ਦੇ ਪਲਾਟ ਅਲਾਟ ਕਰਨ ਦੀ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਹੈ ਤੇ ਇਹਨਾਂ ਕੇਸਾਂ ਦਾ ਫੈਸਲਾ ਕਰਨ ਦੇ ਅਧਿਕਾਰ ਪੰਚਾਇਤ ਸੰਮਤੀਆਂ ਨੂੰ ਦਿੱਤੇ ਨੇ। ਠੇਕੇਦਾਰੀ ਵਿਵਸਥਾ ਨੂੰ ਖਤਮ ਕਰਨ ਲਈ ਜ਼ਮੀਨ ਮਾਲਕਾਂ ਨੂੰ ਆਪਣੀ ਜ਼ਮੀਨ ਵਿੱਚੋਂ ਮੁਫਤ ਰੇਤਾ ਕੱਢਣ ਦੀ ਆਗਿਆ ਦਿੱਤੀ ਜਾਵੇਗੀ। ਸੋ ਇਸ ਮੌਕੇ ਇਹ ਵੀ ਫੈਸਲਾ ਲਿਆ ਗਿਆ ਕਿ ਅਗਲੀ ਮੀਟਿੰਗ ਹੈ ਜਿਹੜੀ ਬੁੱਧਵਾਰ 29 ਸਤੰਬਰ ਨੂੰ ਹੋਵੇਗੀ ਤੇ ਹਰੇਕ ਬੁੱਧਵਾਰ ਨੂੰ ਕੈਬਨਿਟ ਦੀ ਬੈਠਕ ਹੋਇਆ ਕਰੇਗੀ। ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਸਾਡੇ ਤੇ ਯਕੀਨ ਕਰਨ ਅਸੀਂ ਹੁਣ ਸਿਰਫ ਕੰਮ ਕਰਾਂਗੇ ਗੱਲਾਂ ਨਹੀਂ ਕਰਾਂਗੇ। ਅੱਜ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਤੁਸੀਂ ਸੂਬਾ ਮੇਰੇ ਨਾਲ ਗੱਲ ਕੀਤੀ ਸੀ ਕਿ ਗਵਰਨਮੈਂਟ ਕਿਨੇ ਘਟੇ ਕੰਮ ਕਰੇਗੀ। ਪੌਣੇ 12 ਹੋ ਗਏ ਨੇ। ਹੁਣ ਅਸੀਂ ਕੈਬਨਟ ਮੀਟਿੰਗ ਜਿਹੜੀ 8 ਵਜੇ ਸਟਾਰਟ ਹੋਈ ਔਰ ਇੱਕ ਇੱਕ ਇਸ਼ੂ ਦੇ ਉੱਪਰ ਬੜਾ ਬਰਕੀ ਦੇ ਨਾਲ ਇਸ਼ੂਜ਼ ਨੂੰ ਟੱਚ ਕੀਤਾ ਗਿਆ ਔਰ ਉਹਨਾਂ ਦੇ ਉੱਪਰ ਜਿਹੜੀ ਕੰਸੈਂਸਸ ਬਣਿਆ ਉਹਦੇ ਲਈ ਅਸੀਂ ਕੀਤਾ ਸਭ ਤੋਂ ਵੱਡੀ ਗੱਲ ਇਹ ਸੀ ਕੀਤੀ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਵਾਟਰ ਸਪਲਾਈ ਉਹਦੇ ਬਾਰੇ ਜਿਹੜੇ ਹੋਰ ਹੈਗੇ ਨੇ ਕੇਸ ਜਿਵੇਂ ਗਰੀਬ ਲੋਕਾਂ ਨੂੰ ਪਲਾਟ ਦੇਣੇ ਪੰਜ-ਪੰਜ ਮਰਲੇ ਦੇ ਉਹਦੇ ਬਾਰੇ ਕਿ ਉਹਨੂੰ ਕਿਹਾ ਕਿ ਉਹਨੂੰ ਸਿੰਪਲੀਫਾਈ ਕਰੋ ਇਹਨੂੰ ਬਲੋਕ ਲੈਵਲ ਤੇ ਲੈ ਕੇ ਆ ਜੋ ਕਿ ਉਹਨਾਂ ਨੂੰ ਲੋਕਾਂ ਨੂੰ ਡਿਸਟ੍ਰਿਕਟ ਲੈਵਲ ਤੇ ਨਾ ਜਾਣਾ ਪਵੇ ਖਰਚਲ ਖਰਾਬੀ ਨਾ ਹੋਵੇ ਇਸੇ ਤਰ੍ਹਾਂ ਹੀ ਹੋਰ ਜਿਹੜੀਆਂ ਚੀਜ਼ਾਂ ਨੇ ਪੰਜ-ਛੇ ਅਸੀਂ ਚੀਜ਼ਾਂ ਕਰਕੇ ਆਏ ਆ ਜਿਨ੍ਹਾਂ ਦੇ ਵਿੱਚ 200 ਯੂਨਿਟ ਤੋਂ 300 ਯੂਨਿਟ ਕਰਨ ਬਾਰੇ ਕਿ ਇਹਨਾਂ ਨੂੰ ਕਿਹਾ ਕਿ ਇਹਨੂੰ ਪੂਰਾ ਕਿ ਡਿਟੇਲਡ ਉਹਦੇ ਚ ਲੋਕਾਂ ਤੱਕ ਜਾਇਆ ਜਾਏ ਜੇ ਬੀਪੀ ਬੀਪੀਐਲ ਜਾਂ ਨੀਲੇ ਕਾਰਡ ਜੋ ਵੀ ਰਾਸ਼ਨ ਕਾਰਡ ਜਿੰਨਾਂ ਨੂੰ ਦਿੱਤੇ ਗਏ ਨੇ ਉਹਨਾਂ ਨੂੰ ਵਿੱਚ ਕਵਰ ਕੀਤਾ ਜਾਏ। ਔਰ ਨੈਕਸਟ ਜਿਹੜੀ ਅਸੀਂ ਮੀਟਿੰਗ ਕੈਬਨਟ ਦੀ ਆ ਉਹ ਬੁੱਧਵਾਰ ਫੇਰ ਦੁਬਾਰਾ ਰੱਖੀ ਹੈ। ਔਰ ਉਹਦੇ ਵਿੱਚ ਫੇਰ ਡਿਸਾਈਡ ਕੀਤਾ ਜੇ ਨੈਕਸਟ ਬੁੱਧਵਾਰ ਕੱਲ ਵਾਲਾ ਨਹੀਂ ਜਿਹੜਾ ਅਗਲਾ ਬੁੱਧਵਾਰ ਆਏਗਾ ਉਸ ਦਿਨ ਅਸੀਂ ਇਹ ਮੀਟਿੰਗ ਰੱਖੀ ਹੈ ਕਿ ਹਰ ਬੁੱਧਵਾਰ ਤੇ ਬੁੱਧਵਾਰ ਕੈਬਨਟ ਦੀ ਮੀਟਿੰਗ ਹੋਇਆ ਕਰੇਗੀ। ਔਰ ਉਹਨਾਂ ਜਿਹੜੇ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਡਿਸਕਸ ਕੀਤਾ ਜਾਏਗਾ ਔਰ ਉਹਨਾਂ ਦੇਖਿਆ ਜਾਏਗਾ ਉਹਨਾਂ ਦੇ ਪ੍ਰੋਗਰੈਸ ਇਸ ਕੀਤੀ ਜਾਏਗੀ ਕਿ ਕਿਹੜਾ ਡਿਸਕ ਨੂੰ ਹੋਏ ਨੇ ਜਿਹੜੇ ਨੇ तकरीबन ਅਸੀਂ ਜਿੰਨੇ ਇਸ਼ੂਜ਼ ਨੇ ਜਿਹੜੇ ਉਹ ਤੁਹਾਨੂੰ ਪ੍ਰੈਸ ਨੋਟ ਵੀ ਆ ਗਿਆ ਉਹ ਡਿਟੇਲ ਜਿਹੜੀ ਆ ਉਹ ਤੁਹਾਡੇ ਕੋਲ ਪਹੁੰਚ ਜਾਏਗੀ ਇਸ ਕਰਕੇ ਤੁਹਾਨੂੰ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗਵਰਨਮੈਂਟ ਜਿਹੜੀ ਆ ਉਹ ਐਕਸ਼ਨ 'ਚ ਆ ਔਰ ਬੜੇ ਵਧੀਆ ਤਰੀਕੇ ਨਾਲ ਜੇ ਸਾਨੂੰ 10-10 12-12 ਜਾਂ 15 ਘੰਟੇ ਵੀ ਕੰਮ ਕਰਨਾ ਪਏਗਾ ਅਸੀਂ ਤੋਂ ਪੰਜਾਬ ਦੇ ਲੋਕਾਂ ਨਾਲ ਜੋ ਅੱਜ ਚੰਨੀ ਸਾਹਿਬ ਨੇ ਵਾਅਦਾ ਕੀਤਾ ਕਿ ਮੈਂ ਇੱਕ ਗਰੀਬ ਘਰ ਤੋਂ ਉੱਠ ਕੇ ਇੱਥੇ ਤੱਕ ਪਹੁੰਚਿਆ ਇਹ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਆ ਤੇ ਇੰਨਾ ਹਾਈ ਕਮਾਂਡ ਨੇ ਜੋ ਤੇ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਨੇ ਉਹਦੇ 'ਚ ਅਸੀਂ ਪੂਰੇ ਉੱਤਰ ਦੇ ਅੱਜ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਇਹ ਕੀਤੀਆਂ ਨੇ ਨਸ਼ਾ ਬਰਗਾੜੀ ਬਿਜਲੀ ਜੋ ਜਿਹੜੇ ਟਰਾਂਸਪੋਰਟ ਇੱਕ ਚੀਜ਼ ਜਿਹੜੀ ਸਭ ਤੋਂ ਵੱਡੀ ਇਹ ਕੀਤੀ ਆ ਕਿ ਜਿਹੜੀ ਸੈਂਟ ਮਾਫੀਆ ਜਾਂ ਜਿਹੜੀ ਤੁਸੀਂ ਸੋ ਕੋਲਡ ਕਹਿੰਦੇ ਸੀ ਕਿ ਆ ਚੀਜ਼ਾਂ ਨੇ ਅਸੀਂ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਰੇਟਾ ਫ੍ਰੀ ਕਰ ਦਿੱਤੀ ਜਾਏਗੀ ਇਹ ਸਾਰੇ ਬਹੁਤ ਮਾਫੀਏ ਸਾਨੂੰ ਸਫਾਈ ਕਰਨੀ ਪੈਣੀ ਹੈ ਪੀਟੀਸੀ ਮਾਫੀਆ ਡੇਲੀ ਪੋਸਟ ਇੱਕ ਪਰ ਨੇ ਹੋਰ ਕਿਹੜੇ ਕਿਹੜੀਆਂ ਪੋਸਟਾਂ ਇਹ ਸਾਰੇ ਮੁੱਖ ਮੰਤਰੀ ਦੇ ਅਹੁਦੇ ਦੀ ਸੌਂ ਚੁੱਕਣ ਤੋਂ ਬਾਅਦ ਤਰਨਜੀਤ ਸਿੰਘ ਚੰਨੀ ਨੇ মিডিਆ ਨੂੰ ਸੰਬੋਧਨ ਵੀ ਕੀਤਾ ਪਹਿਲੀ ਪ੍ਰੈਸ ਮਿਲਣੀ ਦੇ ਵਿੱਚ ਚੰਨੀ ਭਾਵੁਕ ਵੀ ਹੋ ਗਏ ਸੀ ਅਤੇ ਹੋਰ ਕਿਹੜੇ-ਕਿਹੜੇ ਉਹਨਾਂ ਨੇ ਐਲਾਨ ਕੀਤੇ ਉਹ ਅਸੀਂ ਤੁਹਾਨੂੰ ਖਬਰਾਂ ਦੇ ਵਿਸਥਾਰ ਦੇ ਵਿੱਚ ਦੱਸਾਂਗੇ ਚੰਡੀਗੜ੍ਹ ਦੇ ਵਿੱਚ ਆਪਣਾ ਕਾਜਪਾਰ ਸਾਮੰਨ ਤੋਂ ਬਾਅਦ ਚੰਨੀ ਸਿੱਧਾ ਆਪਣੇ ਹਲਕਾ ਚਮਕੌਰ ਸਾਹਿਬ ਗਏ ਉੱਥੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕੁਝ ਵੱਡੇ ਐਲਾਨ ਵੀ ਕੀਤੇ ਮੁੱਖ ਮੰਤਰੀ ਨੇ ਖਾਸ ਤੌਰ ਤੇ ਕਿਹਾ ਹੈ ਕਿ ਅਫਸਰ ਸ਼ਾਹੀ ਨੂੰ ਪਾਰੂ ਨਹੀਂ ਹੋਣ ਦੇਵਾਂਗੇ ਸਿਰਫ ਲੋਕਾਂ ਦੇ ਲਈ ਸਾਡੀ ਸਰਕਾਰ ਕੰਮ ਕਰੇਗੀ ਸੋ ਹੁਣ 5 ਮਹੀਨਿਆਂ ਦੇ ਵਿੱਚ ਕਿਵੇਂ ਪੰਜਾਬ ਦੇ ਲੋਕਾਂ ਦਾ ਕਾਇਆ ਕਲਪ ਕੀਤਾ ਜਾਏਗਾ ਇਹ ਰਣਜੀਤ ਸਿੰਘ ਚੰਨੀ ਸਮੇਤ ਨਵਜੋਤ ਸਿੰਘ ਸਿੱਧੂ ਦੇ ਮੂਰੇ ਇੱਕ ਵੱਡੀ ਚੁਣੌਤੀ ਹੈ ਤੇ ਕੱਲ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਦੇ ਪਹਿਲੇ ਦਿਨ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ रावत ਨੇ ਜਿਹੜਾ ਬਿਆਨ ਦਿੱਤਾ ਉਹਦੇ ਨਾਲ ਰੰਗ ਦੇ ਵਿੱਚ ਭੰਗ ਪੈਦੀ ਜ਼ਰੂਰ ਨਜ਼ਰ ਆਈ ਪਰ ਕਾਂਗਰਸ ਹਾਈ ਕਮਾਂਡ ਨੇ ਇਸ ਨੂੰ ਸਾਂਭ ਲਿਆ ਮਸਲਾ ਨਵਜੋਤ ਸਿੰਘ ਸਿੱਧੂ ਨੂੰ ਚਿਹਰਾ ਬਣਾਏ ਜਾਣ ਦਾ ਸੀ ਚੋਣਾਂ ਦੇ ਵਿੱਚ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਤੋਂ ਬਾਅਦ ਹੁਣ ਵਜ਼ੀਰਾਂ ਦੇ ਵਿੱਚ ਵੀ ਬਦਲਾਅ ਹੋਏਗਾ ਵਜ਼ੀਰ ਵੀ ਬਦਲੇ ਜਾਣਗੇ ਨਵੇਂ وزارت ਦੇ ਵਿੱਚ ਕਿਹੜੇ ਮਹਿਕਮੇ ਦਾ ਕਿਹੜਾ ਵਜ਼ੀਰ ਹੋਏਗਾ ਇਸ ਦੇ ਲਈ ਵੀ ਹੁਣ ਚਰਚਾ ਸ਼ੁਰੂ ਹੋ ਗਈ ਹੈ ਤੇ ਚਰਚਾ ਇਹ ਵੀ ਚੱਲ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਅਹਿਮ ਭੂਮਿਕਾ ਰਹੇਗੀ ਨਵੀਂ وزارت ਦੇ ਗਠਨ ਦੇ ਵਿੱਚ ਚਰਚਾ ਇਹ ਵੀ ਚੱਲ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨੇੜਲੇ ਮਾਲਵੇ ਦੇ ਦੋ ਵਜ਼ੀਰਾਂ ਦੀ ਛੁੱਟੀ ਵੀ ਕੀਤੀ ਜਾਏਗੀ ਤੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੂੰ ਵਜ਼ਾਰਾ ਦੇ ਵਿੱਚ ਥਾ ਮਿਲਣ ਦੀ ਪੂਰੀ ਪੂਰੀ ਸੰਭਾਵਨਾ ਹੈ ਕੱਲ ਚਰਨਜੀਤ ਸਿੰਘ ਚੰਨੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਚ ਕਰਨ ਦੀ ਬਜਾਏ ਪ੍ਰਗਟ ਸਿੰਘ ਦੇ ਘਰ ਲੰਚ ਕਰਨ ਨੂੰ ਤਰਜੀਹ ਦਿੱਤੀ ਸੀ ਕੱਲ ਚਰਨਜੀਤ ਸਿੰਘ ਚੰਨੀ ਸਮੇਤ ਨਵਜੋਤ ਸਿੰਘ ਸਿੱਧੂ ਨੇ ਵੀ ਪ੍ਰਗਟ ਸਿੰਘ ਦੇ ਘਰੇ ਲੰਚ ਕੀਤਾ ਪਾਕਿਸਤਾਨ ਸਥਿਤ ਇਤਿਹਾਸਿਕ ਗੁਰੂ ਧਾਮ ਦੇ ਦਰਸ਼ਨ ਕਰਨ ਲਈ ਸ਼੍ਰੀ ਕਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ 9 ਮੈਂਬਰੀ ਵਫਦ ਅਟਾਰੀ ਵਾਗਾ ਸਰਹੱਦ ਰਾਹੀਂ ਕੱਲ ਪਾਕਿਸਤਾਨ ਪਹੁੰਚਿਆ ਹੈ ਜਿਹੜਾ ਕਿ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਸਮੇਤ ਹੋਰ ਗੁਰੂ ਘਰਾਂ ਦੇ ਦਰਸ਼ਨ ਕਰੇਗਾ ਜਥੇਦਾਰ ਹਰਪ੍ਰੀਤ ਸਿੰਘ ਖਾਸ ਤੌਰ ਤੇ ਪਾਕਿਸਤਾਨ ਕਮੇਟੀ ਦੇ ਵੱਲੋਂ 22 ਸਤੰਬਰ ਨੂੰ ਯਾਨੀ ਕਿ ਕੱਲ ਨੂੰ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਦਿਵਸ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਾਕਿਸਤਾਨ ਪਹੁੰਚੇ ਨੇ 28 ਸਤੰਬਰ ਨੂੰ ਇਹ ਵਫ਼ਦ ਭਾਰਤ ਪਰਤੇਗਾ ਤਖਸਰੀ ਕੇਸਗੜ ਸਾਹਿਬ ਵਿਧਵੀ ਮਾਮਲੇ ਦੇ ਰੋਸ ਵਿੱਚ ਕੱਲ ਨਿਹੰਗ ਸਿੰਘ ਮੋਬਾਈਲ ਟਾਵਰ ਤੇ ਚੜ ਗਿਆ ਸੀ ਪੁਲਿਸ ਕਮਿਸ਼ਨਰ ਨੇ ਮੰਗਾ ਮੰਨਣ ਦਾ ਪਰੋਸਾ ਦਿੱਤਾ ਤਾਂ ਕਾਫੀ ਜੱਦੋਜਹਿਦ ਤੋਂ ਬਾਅਦ ਨਿਹੰਗ ਰਮਨਦੀਪ ਸਿੰਘ ਨੂੰ ਥੱਲੇ ਉਤਾਰਿਆ ਗਿਆ ਇਹ ਜਿਹੜਾ ਇੱਥੇ ਸਾਡੇ ਆਨੰਦਪੁਰ ਸਾਹਿਬ ਮੰਦਪਾਗੀ ਘਟੜਾ ਹੋਈ ਹੈ ਇਹਦੀ ਜਿਹੜੀ ਤਫ਼ਤੀਸ਼ ਹੈ ਉਹ ਬੜੇ ਹੀ ਸਚਜੇ ਢਕ ਨਾਲ ਜਿਹੜੀ ਕੀਤੀ ਜਾ ਰਹੀ ਹੈ ਇਸ ਤਫ਼ਤੀਸ਼ ਦੇ ਸਬੰਧ ਦੇ ਵਿੱਚ ਅਸੀਂ ਆਲਰੇਡੀ ਸਾਡੀ ਐਸਐਸਪੀ ਸਾਹਿਬ ਲੋ ਇਹ ਬਦਲ ਫੈਸਲਾ ਲਿਆਗਾ ਵੀ ਇਹਦਾ ਨਾਰਕੋ ਟੈਸਟ ਇਹ ਜਿਹੜਾ ਰੀਮੈਪਿੰਗ ਤੇ ਜਿਹੜਾ ਲਾਈਟ ਰੈਟਸ ਜਿਹੜਾ ਹੈਗਾ ਉਹਦੇ ਵਾਸਤੇ ਅਸੀਂ ਸਵੇਰੇ ਜਦੋਂ ਇਹਨੂੰ ਪੇਸ਼ ਕਰਦਾ ਅਸੀਂ ਐਪਲੀਕੇਸ਼ਨ ਜਿਹੜੀ ਹੈ ਜੱਸਾ ਸਭ ਕੋ ਲੈਣੀ ਹੈ ਜੱਸਾ ਸਭ ਕੋ ਪਰਮਿਸ਼ਨ ਅਸੀਂ ਲੈਣੀ ਹੈ ਤੇ ਇਹਦਾ ਜਿਹੜਾ ਹੈਗਾ ਰਬਾਣਡ ਅਸੀਂ ਰਬਾਣਡ ਦਾ ਹੈਗਾ ਜਿਹੜਾ ਪੁਲਿਸ ਰਬਾਣਡ ਵਾਸਤੇ ਜਿਹੜਾ ਅਪਲਾਈ ਕਰਦਾ ਤੇ ਇਹਦਾ ਜਿਹੜਾ ਪੁਲਿਸ ਰਬਾਣਡ ਲੈ ਕੇ ਜਿਹੜੀ ਅਗਲੀ ਪੜਾਣੀ ਜਾਂ ਕਾਰਵਾਈ ਹੋਣੀ ਹੈ ਡਾਹੰਗ ਸਿੰਘ ਜਿਹੜਾ ਤਾਫਰ ਤੇ ਚੜੇ ਹੋਏ ਨੇ ਜੀ ਸਵੇਰੇ ਤੋਂ ਡਾਹੰਗ ਸਿੰਘ ਨੂੰ ਅਸੀਂ ਰਿਕੁਐਸਟ ਹੀ ਬੇਨਤੀ ਕਰਦੇ ਆਂ ਵੀ ਡਾਹੰਗ ਸਿੰਘ ਥੱਲੇ ਆਉਣ ਤੇ ਸਾਨੂੰ ਜਿਹੜਾ ਹੈਗਾ ਕੰਮ ਜਿਹੜਾ ਸਾਡ ਠੀਕ ਹੈ ਇਹਨਾਂ ਨੂੰ ਲਾ ਕੇ ਇਹਨਾਂ ਨੂੰ ਸਮਝਾ ਕੇ ਆ ਕੇ ਇਹਨਾਂ ਨੂੰ ਭੇਜਦਾ ਜਾਊਗਾ ਪਰ ਇਹਨਾਂ ਨੂੰ ਇਹਨਾਂ ਨੂੰ ਕਿਹਾ ਗਿਆ ਅੱਗੇ ਤੋਂ ਇਹੋ ਜਿਹਾ ਇਹੋ ਜਿਹਾ ਕੰਮ ਨਾ ਕਰੋ ਜਦੋਂ ਆਲਰੇਡੀ ਅਸੀਂ ਕਰ ਰਹੇ ਹਾਂ ਤੇ ਫਿਰ ਐਵੇਂ ਜਿਹੜੀ ਇਹੋ ਜਿਹੀ ਡਰਾਮੇਬਾੜੀ ਇਹਦਾ ਕੋਈ ਫਾਇਦਾ ਨਹੀਂ ਇਹ ਵੀ ਡਰਾਮੇਬਾਜੀ ਨਾ ਕਰੋ ਜਨਾਬ ਤੁਸੀਂ ਇਕ ਫ੍ਰੀਅੰਸ਼ਨ ਹਨ ਉਹ ਇਹ ਵੀ ਜੋ ਥੱਲੇ ਆਉਂਦੇ ਨੇ ਕੋਈ ਪੁਲਿਸ ਕਾਰਵਾਈ ਨਾ ਨਹੀਂ ਅਸੀਂ ਕੋਈ ਕਾਰਵਾਈ ਨਹੀਂ ਕਰਦੇ ਫਰੀਦਕੋਟ ਤੋਂ ਖਬਰ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜਯੋਗ ਪੋਸਟਰ ਲਾਉਣ ਦੇ ਮਾਮਲੇ ਦੇ ਵਿੱਚ ਕੱਲ ਫਰੀਦਕੋਟ ਦੀ ਜੁਡੀਸ਼ੀਅਲ ਮੈਜਿਸਟਰੇਟ ਤਰਜਨੀ ਨੇ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ਤੂਰੀ ਸੰਦੀਪ ਬਰੇਟਾ ਪ੍ਰਦੀਪ ਕਲੇਰ ਨੂੰ ਪਗੋੜਾ ਐਲਾਨ ਦਿੱਤਾ ਇਹਨਾਂ ਖਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਅੰਗ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਸਾਜ਼ਿਸ਼ ਰਚ अपना फैसला ਸੁਣਾਉਣ ਤੋਂ ਬਾਅਦ ਐਸਐਚਓ ਬਾਜਾਖਾਨਾ ਨੂੰ ਭਗੋੜੇ ਐਲਾਨੇਗੇ ਕਮੇਟੀ ਮੈਂਬਰਾਂ ਦੀ ਜਾਇਦਾਦ ਦੀ شناخت ਕਰਨ ਸੇ ਅਤੇ ਇਸ ਦੀ ਸੂਚੀ 11 ਅਕਤੂਬਰ ਤੱਕ ਅਦਾਲਤ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਤਾਂ ਜੋ ਇਹਨਾਂ ਦੀ ਜਾਇਦਾਦ ਕੋਰਕ ਕੀਤੀ ਜਾ ਸਕੇ ਪੁਲਿਸ ਨੇ ਕਿਹਾ ਕਿ ਇਹਨਾਂ ਦੀ ਭਾਲ ਦੇ ਲਈ ਬਹੁਤ ਵੱਡੀ ਛਾਪੇਮਾਰੀ ਕੀਤੀ ਗਈ ਪਰ ਇਹ ਤਿੰਨੇ ਨਹੀਂ ਲੱਭੇ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਜਲਿਆਂਵਾਲਾ ਬਾਗ ਦਾ ਮੂਲ ਸਰੂਪ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਨੁਮਾਇੰਦਿਆਂ ਨੇ ਡੀਸੀ ਗੁਰਪ੍ਰੀਤ ਸਿੰਘ ਖੈਰਾ ਨੂੰ ਮੰਗ ਪੱਤਰ ਸੌਂਪਿਆ ਕਮੇਟੀ ਨੇ ਇਸ ਮਾਮਲੇ ਸੰਬੰਧੀ 26 ਸ ਜਨਤਕ ਜਥੇਬੰਦੀਆਂ ਦੀ ਮੀਟਿੰਗ ਵੀ ਸੱਦੀ ਹੈ ਜਿਸ ਵਿੱਚ ਅਗਲੀ ਰਣਨੀਤੀ ਦਾ ਵਿਚਾਰ ਕੀਤਾ ਜਾਏਗਾ ਬੇਅਦਬੀ ਮਾਮਲੇ ਦੇ ਵਿੱਚ ਵਾਦਾ ਖਿਲਾਫੀ ਕਰਨ ਦੇ ਦੋਸ਼ ਵਿੱਚ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਪਸ਼ਟਿਕਰਨ ਦੇਣ ਦੇ ਲਈ ਕੱਲ ਅਕਾਲ ਤਖਤ ਸਾਹਿਬ ਪਹੁੰਚਣ ਦਾ ਹੁਕਮ ਦਿੱਤਾ ਸੀ 20 ਸਤੰਬਰ ਨੂੰ ਪਰ ਕੈਪਟਨ ਹਾਜ਼ਰ ਨਹੀਂ ਹੋਏ ਇਸ ਮੌਕੇ ਭਾਈ ਮੰਡ ਨੇ ਕਿਹਾ ਕਿ ਪੰਥਕ ਕਰਵਾਈਆਂ ਤਾਂ ਦੇ ਮੁਤਾਬਿਕ ਕੈਪਟਨ ਨੂੰ ਆਪਣਾ ਪੱਖ ਰੱਖਣ ਲਈ ਇੱਕ ਹੋਰ ਮੌਕਾ ਦਿੱਤਾ ਗਿਆ ਹੈ 4 ਅਕਤੂਬਰ ਨੂੰ ਹੁਣ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਕੈਪਟਨ ਨੂੰ ਕਿਹਾ ਗਿਆ ਹੈ ਦੇਖੋ ਕਿ ਹੁਣ ਸਾਫ ਦਾ ਮੁੱਖ ਮੰਤਰੀ ਪਹੁੰਚਦੇ ਨਹੀਂ ਜੋ ਨਹੀਂ ਪਹੁੰਚਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ ਮੁਲਾਜ਼ਮਾਂ ਨੂੰ ਅਪੀਲ ਕੀਤੀ ਸੀ ਕਿ ਸਾਰੇ ਜਿਹੜੇ ਮੁਲਾਜ਼ਮ ਨੇ ਸਾਰੇ ਕਰਮਚਾਰੀ ਜਿਹੜੇ ਵੀ ਧਰਨਿਆਂ ਤੇ ਬੈਠੇ ਨੇ ਉਹ ਆਪਣੇ ਧਰਨੇ ਖਤਮ ਕਰ ਦੇਣ ਅਤੇ ਕੰਮ ਤੇ ਵਾਪਸ ਜਾਣ ਪਰ ਮੁਲਾਜ਼ਮਾਂ ਨੇ ਨਵੇਂ ਮੁੱਖ ਮੰਤਰੀ ਦੀ ਅਪੀਲ ਨੂੰ ਨਕਾਰ ਦਿੱਤਾ ਹੈ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਜਿਹੜੇ ਪਟਿਆਲਾ ਦੇ ਵਿੱਚ ਪੱਕੇ ਮੋਰਚੇ ਲਾ ਕੇ ਬੈਠੇ ਹੋਏ ਨੇ ਉਹਨਾਂ ਨੇ ਕਿਹਾ ਕਿ 24 ਤਰੀਕ ਨੂੰ 24 ਸਤੰਬਰ ਨੂੰ ਅਸੀਂ ਨਵੇਂ ਮੁੱਖ ਮੰਤਰੀ ਚੰਨੀ ਦੀ ਰਹਿائش ਦਾ ਕਿਰਾਇਆ ਕਰਾਂਗੇ ਇਸੇ ਤਰ੍ਹਾਂ ਬੇਰੁਜ਼ਗਾਰ ਟੈਟ ਪਾਸ ਬੀਬੀਐਡ ਅਧਿਆਪਕ ਯੂਨੀਅਨ ਨੇ ਵੀ 24 ਸਤੰਬਰ ਨੂੰ ਚਰਨਜੀਤ ਸਿੰਘ ਚੰਨੀ ਦੀ ਖਰੜ ਸਥਿਤ ਰਹਾਇਸ਼ ਨੂੰ ਘਿਰਨ ਦਾ ਐਲਾਨ ਕੀਤਾ ਹੈ ਤੇ ਉਧਰ ਕੈਨੇਡਾ ਦੇ ਵਿੱਚ VOTING ਹੈ ਜਿਹੜੀ ਉਹ ਖਤਮ ਹੋ ਚੁੱਕੀ ਹੈ ਕੁਝ ਸਮਾਂ ਪਹਿਲਾਂ ਹੀ VOTING ਖਤਮ ਹੋਈ ਹੈ ਤੇ ਹੁਣ ਨਤੀਜੇ ਉਡੀਕੇ ਜਾਣਗੇ ਕਿ ਆਖਿਰਕਾਰ ਕੈਨੇਡਾ ਨੂੰ ਹੁਣ ਕਿਹਦੀ ਸਰਕਾਰ ਮਿਲੇਗੀ ਜਸਟਨ ਟਰੂਡੋ ਦੀ ਲਿਬਰਲ ਪਾਰਟੀ ਦੀ ਕਨਜ਼ਰਵੇਟਿਵ ਪਾਰਟੀ ਦੀ ਜਾਂ ਫਿਰ ਐਨਡੀਪੀ ਦੀ ਜਾਂ ਫਿਰ ਐਨਡੀਪੀ ਤੇ ਜਗਮੀਤ ਸਿੰਘ ਕਿੰਗ ਮੇਕਰ ਬਣਨ ਦੇ ਵਿੱਚ ਹਾਈ ਹੋਣਗੇ ਤਾਂ ਇਹ ਸਾਰੇ ਲੀਡਰਾਂ ਨੇ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਚਮਕੌਰ ਸਾਹਿਬ ਤੋਂ ਲਗਾਤਾਰ ਤੇਜੀ ਵਾਰ ਵਿਧਾਇਕ ਬਣੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਰਾਜ ਭਵਨ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸੌਂਚ ਚੁੱਕ ਲਈ ਉਹਨਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਨੇ ਡਿਪਟੀ ਮੁੱਖ ਮੰਤਰੀ ਵਜੋਂ ਸੌਂਚ ਚੁੱਕੀ ਹੈ ਸੌ ਚੁੱਕਣ ਤੋਂ ਮਹਿਜ਼ ਅੱਧਾ ਘੰਟਾ ਪਹਿਲਾਂ ਉਪ ਮੁੱਖ ਮੰਤਰੀ ਦੇ ਨਾਵਾਂ ਵਿੱਚ ਬਦਲਾਅ ਕੀਤਾ ਗਿਆ ਪਹਿਲਾਂ ਕਾਂਗਰਸ ਨੇ ਦੱਸਿਆ ਸੀ ਕਿ ਬ੍ਰह्मਹਿੰਦਰਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ ਪਰ ਐਨ ਮੌਕੇ ਤੇ ਆ ਕੇ ਬ੍ਰह्मਹਿੰਦਰਾ ਦੀ ਥਾਂ ਤੇ ਓਪੀ ਸੋਨੀ ਖੜੇ ਦਿਖਾਈ ਦਿੱਤੇ ਚੰਨੀ ਦੇ ਸੌਚੁੱਕ ਸਮਾਗਮ ਦੇ ਵਿੱਚ ਰਾਹੁਲ ਗਾਂਧੀ ਵੀ ਸ਼ਾਮਿਲ ਹੋਏ ਰਾਹੁਲ ਗਾਂਧੀ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਚੰਡੀਗੜ੍ਹ ਪਹੁੰਚੇ ਹਾਲਾਂਕਿ ਸੌਚੁੱਕ ਸਮਾਗਮ ਖਤਮ ਹੋਣ ਤੋਂ ਕੁਝ ਮਿੰਟਾਂ ਬਾਅਦ ਰਾਹੁਲ ਗਾਂਧੀ ਇੱਥੇ ਪਹੁੰਚੇ ਤੇ ਚੰਨੀ ਸਣੇ ਤਿੰਨੇ ਲੀਡਰਾਂ ਨੂੰ ਵਧਾਈ ਵੀ ਦਿੱਤੀ ਸਮਾਗਮ ਦੇ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਹੋਏ ਰਾਜਪਾਲ ਬਨਵਾਰੀ ਲਾਲਪ੍ਰੋਹਿਤ ਨੇ ਤਿੰਨਾਂ ਮੰਤਰੀਆਂ ਨੂੰ ਸੌਚੁੱਕਾਈ ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਾਣਕਾਰੀ ਦਿੱਤੀ ਸੀ ਕਿ ਸੌਚਕ ਸਮਾਗਮ ਤੋਂ ਬਾਅਦ ਚੰਨੀ ਸਿਸਵਾ ਫਾਰਮ ਹਾਊਸ ਜਾ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨਗੇ ਪਰ ਇਹ ਮੁਲਾਕਾਤ ਨਹੀਂ ਹੋ ਪਾਈ ਐਵੀ ਜਿਹੜੀ ਖਬਰ ਮਿਲੀ ਸੀ ਕਿ ਐਸ ਸੀ ਐਮ ਸਭ ਦਾ ਸੀ ਐਮ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਮੁੱਖ ਮੰਤਰੀ ਨੂੰ ਖਾਣੇ ਤੇ ਵੀ ਬੁਲਾਇਆ ਲੰਚ ਤੇ ਬੁਲਾਇਆ ਹੁਣ ਉਹ ਲੰਚ ਤੇ ਕਦੋਂ ਜਾਂਦੇ ਨੇ ਆਉਂਦੇ ਦਿਨਾਂ ਦੇ ਵਿੱਚ ਇਹ ਦੇਖਾਂਗੇ ਕਿਉਂਕਿ ਜਿਹੜਾ ਸੋਮਵਾਰ ਨੂੰ ਤਾਂ ਚਰਨਜੀਤ ਸਿੰਘ ਚੰਨੀ ਕਾਫੀ ਮਸ਼ਰੂਫ ਦਿਖਾਈ ਦਿੱਤੇ ਸੌਚਕ ਸਮਾਗਮ ਵੀ ਸੀ ਉਸ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਵੀ ਕਰਨਾ ਸੀ ਆਪਣੇ ਹਲਕੇ ਚਮਕੌਰ ਸਾਹਿਬ ਜਾ ਕੇ ਲੋਕਾਂ ਨੂੰ ਵੀ ਮਿਲਣਾ ਸੀ ਤੇ ਫਿਰ ਰਾਤ ਨੂੰ 8 ਵਜੇ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਵੀ ਸ਼ਾਮਲ ਹੋਣਾ ਸੀ ਮੈਂ ਚਰਨਜੀਤ ਸਿੰਘ ਚੰਨੀ ਈਸ਼ਵਰ ਦੀ ਸੌਚੁਕਦਾ ਹਾਂ ਕਿ ਮੈਂ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਮੁੱਖ ਮੰਤਰੀ ਵੱਜੋਂ ਮੇਰੇ ਵਿਚਾਰ ਦੀ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕਿ ਉਹ ਅਜੇਹੇ ਮੁੱਖ ਮੰਤਰੀ ਵੱਜੋਂ ਆਪਣੇ ਕਰਤਵਾਂ ਦੀ ਠੀਕ ਨਿਭਾਉਣ ਲਈ ਅਜਿਹਾ ਕਰਨਾ ਲੜਿੰਦਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਸੌ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਹੁਸਨ ਲਾਲ ਨੂੰ ਆਪਣਾ ਪ੍ਰਿੰਸੀਪਲ ਸਕੱਤਰ ਨਿਯੁਕਤ ਕਰ ਦਿੱਤਾ ਹੈ ਤੇ ਰਾਹੁਲ ਦਿਵਾੜੀ ਨੂੰ ਸਪੈਸ਼ਲ ਪ੍ਰਿੰਸੀਪਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਸੌ ਚੁੱਕਣ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਚਰਨਜੀਤ ਸਿੰਘ ਚੰਨੀ ਭਾਵੁਕ ਹੋ ਗਏ ਸੀ ਆਪਣੀ ਗੁਰਬਤ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਦੇ ਨਾਲ ਹੀ ਚੰਨੀ ਨੇ ਜਿਹੜਾ ਹੈਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਥ ਦਾ ਹਵਾਲਾ ਵੀ ਦਿੱਤਾ ਅਤੇ ਕਿਹਾ ਕਿ ਸਿੱਖ ਪੰਥ ਦੇ ਵਿੱਚ ਜਾਤ ਪਾਤ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ ਸੋਚ ਖਾਲਸਾ ਪੰਥ ਦੀ ਹੀ ਹੈ ਗੁਰੂ ਗੋਬਿੰਦ ਸਿੰਘ ਦੀ ਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗਰੀਬ ਦੀ ਬਾ ਉਹਨਾਂ ਨੇ ਫੜੀ ਹੈ ਤੇ ਇਸ ਕੁਰਸੀ ਤੇ ਮੈਨੂੰ ਬਿਠਾਇਆ ਹੈ ਇਸ ਮੌਕੇ ਕਈ ਵਾਅਦੇ ਉਹਨਾਂ ਨੇ ਕੀਤੇ ਸਭ ਤੋਂ ਪਹਿਲਾ ਜਿਹੜਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਦੇ ਮੈਂ ਨਾਲ ਖੜਾਂਗਾ ਕਿਸਾਨੀ ਸੰਘਰਸ਼ ਦੇ ਵਿੱਚ ਮੈਂ ਖੁਦ ਜੁਟਾਂਗਾ ਮਸਲੇ ਹੱਲ ਕਰਾ ਕੇ ਦੇਵਾਂਗਾ ਜੇਕਰ ਪੰਜਾਬ ਦੀ ਕਿਸਾਨੀ ਤੇ ਕੋਈ ਆਂਚ ਵੀ ਆਈ ਤਾਂ ਮੈਂ ਕਿਸਾਨਾਂ ਨੂੰ ਆਪਣਾ ਗਲਾ ਵੀ ਵੜ ਕੇ ਦੇ ਦੇਵਾਂਗਾ ਇਹ ਵੀ ਉਹਨਾਂ ਨੇ ਕਿਹਾ ਸਵੇਰੇ ਸਾਰੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਉਹਨਾਂ ਨੇ ਕਿਹਾ ਕਿ 18 ਨੁਕਾਤੀ ਏਜੰਡਾ ਜਿਹੜਾ ਉਹ ਸਾਰਾ ਜਿਹੜਾ ਉਹ ਉਹਦੇ ਸਾਰੇ ਕੰਮ ਨੇ ਕੀਤੇ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਮਸਲਿਆਂ ਦਾ ਹੱਲ ਹੋਵੇਗਾ ਮੈਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਾਗਾ ਛੋਟੇ ਘਰਾ ਸ਼ਹਿਰੀ ਇਲਾਕਿਆਂ ਦੇ ਵਿੱਚ 150 ਜਾਂ 200 ਗੱਜ ਦੇ ਲਈ ਮੁਫਤ ਪਾਣੀ ਦੀ ਸਪਲਾਈ ਦਾ ਐਲਾਨ ਕੀਤਾ ਬਿਜਲੀ ਦਰਾਂ ਘਟਾਉਣ ਤੇ ਆਮ ਆਦਮੀ ਦੇ ਲਈ ਇੱਕ ਪਾਰਦਰਸ਼ੀ ਸਰਕਾਰ ਦੇਣ ਦਾ ਵਾਅਦਾ ਕੀਤਾ ਉਹਨਾਂ ਨੇ ਕਿਹਾ ਕਿ ਵਾਅਦੇ ਪੂਰੇ ਕਰਨ ਦੇ ਲਈ ਜਿਹੜੇ ਫੈਸਲੇ ਨੇ ਆਉਣ ਵਾਲੀ ਕੈਬਨਿਟ ਬੈਠਕ ਦੇ ਵਿੱਚ ਜਲਦੀ ਲਏ ਜਾਣਗੇ ਤੇ ਮਾਫੀਆ ਰੇਤ ਮਾਫੀਆ ਦੇ ਨਾਲ ਸਖਤੀ ਦੇ ਨਾਲ ਨਿਪਟਣ ਦਾ ਐਲਾਨ ਕੀਤਾ। ਇਸ ਮੌਕੇ ਚਰਨਜੀਤ ਚੰਨੀ ਨੇ ਕਰਮਚਾਰੀਆਂ ਨੂੰ ਆਪਣਾ ਨੁਮਾਇੰਦਾ ਦੱਸਦਿਆਂ ਹੋਇਆਂ ਸਾਰੇ ਮੁਲਾਜ਼ਮਾਂ ਨੂੰ ਸਾਰੇ ਧਰਨੇ ਖਤਮ ਕਰਨ ਦੀ ਅਪੀਲ ਕੀਤੀ ਕਿਹਾ ਕਿ ਆਪੋ ਆਪਣੇ ਕੰਮਾਂ ਤੇ ਤੁਸੀਂ ਵਾਪਸ ਜਾਓ ਹੁਣ ਮੇਰਾ ਸਾਥ ਦਿਓ ਤੇ ਮੈਂ ਤੁਹਾਡਾ ਸਾਥ ਦੇਵਾਂਗਾ ਸਾਰੇ ਮਸਲੇ ਹੱਲ ਕਰਾਂਗਾ। ਕਿਸੇ ਨਾਲ ਕੁਝ ਗਲਤ ਨਹੀਂ ਹੋਵੇਗਾ। ਨਜਾਇਜ਼ ਕੋਈ ਵੀ ਪੰਜਾਬੀ ਥਾਣੇ ਵਿੱਚ ਨਹੀਂ ਜਾਏਗਾ। ਸਭ ਹੂੰ ਇਨਫਾਪ ਮਿਲੇਗਾ ਕਾਨੂੰਨ ਸਭ ਲਈ ਇੱਕ ਹੋਵੇਗਾ ਤੇ ਨਾਲ ਹੀ ਉਹਨਾਂ ਨੇ ਹਦਾਇਤਾਂ ਵੀ ਜਾਰੀ ਕੀਤੀਆਂ ਕਿ ਜਿਹੜੇ ਸਕੱਤਰ ਹੈਗੇ ਨੇ ਉਹ ਦੋ ਦਿਨ ਆਪਣੇ ਦਫ਼ਤਰ ਦੇ ਵਿੱਚ ਹਰ ਹਾਲਤ ਵਿੱਚ ਬੈਠਣਗੇ ਸਾਰੇ ਡੀਸੀ ਹੁਣ ਸਹੀ ਤਰੀਕੇ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਣ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਾਂਗੇ ਮੇਰੇ ਤੱਕ ਹਰ ਆਮ ਆਦਮੀ ਦੀ ਪਹੁੰਚ ਹੋਵੇਗੀ ਇਹ ਵੀ ਉਹਨਾਂ ਨੇ ਦਾਵਾ ਕੀਤਾ ਹਾਲਾਂਕਿ ਪਹਿਲੇ মিডিਆ ਮਿਲਨੀ ਨੂੰ ਸੰਬੋਧਨ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਵਿੱਚ ਵਿੱਚ ਥੋੜਾ ਟਪਲਾ ਵੀ ਖਾ ਗਏ ਸੀ ਤੁਕ ਗਲਤ ਬੋਲ ਗਏ ਸੀ ਜਦੋਂ ਉਹਨਾਂ ਨੇ ਕਿਹਾ ਕਿ ਤਨ ਹੀ ਕੀ ਸਜਾਏ ਸਜੇ ਹਮ ਹੈ ਜਦ ਕਿ ਜਿਹੜੀ ਸਹੀ ਤੁਕ ਹੈ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਇਹ ਬੋਲਣਾ ਸੀਗਾ ਤੇ ਨਾਲ ਬੈਠੇ ਲੀਡਰਾਂ ਨੇ ਉਹਨਾਂ ਤੋਂ ਇਹ ਜਿਹੜੀ ਤੁਕ ਹੈ ਸਹੀ ਕਰਵਾਈ ਤੇ ਨਾਲ ਜਦੋਂ ਭਾਵੁਕ ਹੋ ਜਾਂਦੇ ਸੀ ਚੰਨੀ ਤਾਂ ਨਵਜੋਤ ਸਿੰਘ ਸਿੱਧੂ ਨਾਲ ਬੈਠੇ ਸੀ ਉਹ ਲਗਾਤਾਰ ਉਹਨਾਂ ਦਾ ਮੋਢਾ ਥਾਪੜਦੇ ਰਹੇ ਹੌਸਲਾ ਦਿੰਦੇ ਰਹੇ ਹਰੀਸ਼ रावत ਵੀ ਇੱਕ ਪਾਸੇ ਬੈਠੇ ਹੋਏ ਸੀ ਜਿਸ ਘਰ ਚ ਜੰਮਿਆ ਉਹਦੇ ਉੱਪਰ ਛੱਤ ਨਹੀਂ ਸੀ ਪ੍ਰੋਪਰ ਥੱਲੇ ਮੇਰੀ ਮਾਂ ਟੋਬੇ 'ਚੋਂ ਮੈਂ ਨਾਲ ਜਾਂਦਾ ਸੀ ਟੋਬੇ ਵਿੱਚ ਦੇ ਸੀ ਗਾਰਾ ਲੈ ਕੇ ਆਉਂਦੇ ਸੀ ਵਿਚ ਤੂੜੀ ਪਾ ਕੇ ਮਿਲਾ ਕੇ ਮੇਰੀ ਮਾਂ ਨੇ ਸਾਡਾ ਪਰਸ ਲਿਪੜਾ 판ਡੂ ਸਾਡੀਆਂ ਕੰਧਾਂ ਤੇ ਫਿਰਦੇ ਸੀ ਅਸੀਂ ਆਪ ਮੇਰੇ ਭਾਗਰ ਨੇ ਹਰ ਘਰ ਦੇ ਵਿੱਚ ਟੈਂਟ ਲਾਇਆ ਸੱਸੀ ਬਾਜ ਜੀ ਅੱਜ ਕਾਂਗਰਸ ਪਾਰਟੀ ਨੇ ਇੱਕ ਗਰੀਬ ਨੂੰ ਇੱਥੇ ਤੱਕ ਲਿਆ ਕੇ ਬਿਠਾ ਦਿੱਤਾ ਜਿੱਥੇ ਤੱਕ ਮੇਰੀ ਅਰ ਸਾਡੀ ਔਕਾਤ ਪਹਿਲਾਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਚਰਨਜੀਤ ਸਿੰਘ ਚੰਨੀ ਦੇ ਸੌ ਚੁੱਕ ਸਮਾਗਮ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਹਰੀਸ਼ रावत ਦੇ ਉਸ ਕਥਿਤ ਬਿਆਨ ਤੇ ਸਵਾਲ ਚੁੱਕੇ ਜਿਸ ਵਿੱਚ रावत ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਸੂਬਾਈ ਕਾਇਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਲੜਨ ਦੀ ਗੱਲ ਆਖੀ ਸੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ रावत ਦੇ ਬਿਆਨ ਨੂੰ ਹੈਰਾਨੀਜਨਕ ਕਹਿੰਦੇ ਹੋਏ ਕਿਹਾ ਕਿ ਇਸ ਨਾਲ ਮੁੱਖ ਮੰਤਰੀ ਦੇ ਅਧਿਕਾਰ ਘਟ ਹੋਣ ਦਾ ਖਤਸ਼ਾ ਹੈ ਟਵੀਟ ਕੀਤਾ ਕਹਿੰਦੇ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਸੌ ਚੁੱਕਣ ਵਾਲੇ ਦਿਨ 라ਵਤ ਦਾ ਸਿੱਧੂ ਦੀ ਅਗਵਾਈ ਵਿੱਚ ਚੋਣਾ ਲੜਨ ਦਾ ਬਿਆਨ ਕਾਫੀ ਹੈਰਾਨ ਕਰਨ ਵਾਲਾ ਹੈ ਇਹ ਨਾ ਸਿਰਫ ਮੁੱਖ ਮੰਤਰੀ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਦਾ ਹੈ ਬਲਕਿ ਇਸ ਅਹੁਦੇ ਲਈ ਉਹਨਾਂ ਦੀ ਚੋਣ ਨੂੰ ਵੀ ਨਕਾਰੇਗਾ ਬੀਜੇਪੀ ਲੀਡਰ ਅਮਿਤ ਮਾਲਵੀਆ ਨੇ ਵੀ ਸੁਨੀਲ ਜਾਖੜ ਦੇ ਜ਼ਰੀਏ ਕਾਂਗਰਸ ਦੇ ਨਿਸ਼ਾਨਾ ਕੱਸਦਿਆਂ ਸਵਾਲ ਕੀਤਾ ਕਿ ਕੀ ਚਰਨਜੀਤ ਸਿੰਘ ਚੰਨੀ ਨੂੰ ਨਵਜੋਤ ਸਿੰਘ ਸਿੱਧੂ ਦੀ ਕੁਰਸੀ ਬਚਾਉਣ ਲਈ ਮੁੱਖ ਮੰਤਰੀ ਬਣਾਇਆ ਗਿਆ ਜੇਕਰ ਅਜਿਹਾ ਹੈ ਤਾਂ Dalit bhai charre ਦਾ ਬਹੁਤ ਵੱਡਾ અપਮਾਨ ਹੈ ਕਾਂਗਰਸ ਨੇ Dalit ਸਸ਼ਕਤੀਕਰਨ ਦਾ ਢੋਂਗ ਰਚਿਆ ਹੈ ਇਹ ਚਰਚਾ ਜਦੋਂ ਛਿੜ ਗਈ ਤਾਂ ਕਾਂਗਰਸ ਨੇ ਇਸ ਨੂੰ ਤੁਰੰਤ ਸਾਂਭਣ ਦਾ ਯਤਨ ਕੀਤਾ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਵਜੋਂ ਜਿਹੜਾ ਹੈਗਾ ਚਿਹਰਾ ਹੋਣਗੇ रावत ਦੇ ਬਿਆਨ ਨੂੰ ਲੈ ਕੇ ਜਿਹੜਾ ਵਿਵਾਦ ਪੈਦਾ ਹੁੰਦਾ ਜਾ ਰਿਹਾ ਸੀ ਉਸ ਨੂੰ ਲੈ ਕੇ ਕਾਂਗਰਸ ਨੇ ਸਪਸ਼ਟੀਕਰਨ ਦਿੱਤਾ ਕਹਿੰਦੇ ਮੈਂ ਹਰੀਸ਼ रावत ਨਾਲ ਗੱਲ ਕੀਤੀ ਹੈ ਕੋਈ دوست ਉਹਨਾਂ ਦੀ ਗੱਲ ਨੂੰ ਜਾਣੇ ਅਣਜਾਣੇ ਸਹੀ ਨਜ਼ਰੀਏ ਦੇ ਨਾਲ ਨਹੀਂ ਦੇਖ ਸਕੇ ਮੈਂ ਫਿਰ ਦੁਹਰਾਉਂਦਾ ਕਿ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰਦੇਸ਼ ਕਾਂਗਰਸ ਦੇ ਪ੍ਰਧਾਨ ਸਿੱਧੂ ਨੇ ਸਰਕਾਰ ਦੇ ਮੁਖੀ ਵਜੋਂ ਚਿਹਰਾ ਚੰਨੀ ਹੋਣਗੇ ਜਦ ਕਿ ਪਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਚਿਹਰਾ ਸਿੱਧੂ ਨੇ ਇਹ ਦੋਵੇਂ ਆਮ ਵਰਕਰਾਂ ਦੇ ਨਾਲ ਮਿਲ ਕੇ ਚੋਣਾਂ ਲੜਨਗੇ ਕਾਂਗਰਸ ਦੀ ਮੁਰ ਤੋਂ ਸਰਕਾਰ ਬਣੇਗੀ ਉਹਨਾਂ ਦੋਸ਼ ਲਾਏ ਕਿ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਭਾਜਪਾ ਦਲਿਤ ਦੇ ਪੁੱਤਰ ਦਾ ਅਪਮਾਨ ਕਰ ਰਹੇ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸੂਬਾ ਸਰਕਾਰ ਦੇ ਨਾਲ ਮਿਲ ਕੇ ਪੰਜਾਬ ਦੀ ਬਿਹਤਰੀ ਲਈ ਮੈਂ ਕੰਮ ਜਾਰੀ ਰੱਖਾਂਗਾ ਪਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣ ਤੇ ਭਾਜਪਾ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਖੁਸ਼ ਨਹੀਂ ਹੈ ਮਾਇਆਵਤੀ ਨੇ ਇਸ ਨੂੰ ਚੋਣ ਸਟੰਡ ਕਰਾਰ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਲਈ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ ਹੋਣ ਕਰਕੇ ਕਾਂਗਰਸ ਕਾਫੀ ਕਬਰਾਈ ਹੋਈ ਹੈ ਇਸ ਵਾਸਤੇ ਕਾਂਗਰਸ ਨੇ ਇੱਕ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾ ਕੇ ਸਿਰਫ ਚੋਣ ਸਟੰਟ ਖੇਡਿਆ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਨੇ ਵੀ ਦੋਸ਼ ਲਾਇਆ ਕਿ ਕਾਂਗਰਸ ਨੇ ਦਰਦਪਾਈ ਚਾਰੇ ਦੀਆਂ ਵੋਟਾਂ ਹਥਿਆਉਣ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਕੁਝ ਮਹੀਨਿਆਂ ਦੇ ਲਈ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਬੀਜੇਪੀ ਨੇ ਇਸ ਸੰਬੰਧੀ ਕੁਝ ਪੁਰਾਣੀਆਂ ਉਦਾਹਰਨਾਂ ਵੀ ਦਿੱਤੀਆਂ ਜਿਨ੍ਹਾਂ ਤਹਿਤ ਇੱਕ ਦਲਿਤ ਲੀਡਰ ਨੂੰ ਕੁਝ ਸਮੇਂ ਦੇ ਲਈ ਅਹਿਮ ਅਹੁਦਾ ਦਿੱਤਾ ਗਿਆ ਸੀ ਬੀਜੇਪੀ ਨੇ ਆਪਣੇ ਦਲਿਤ ਲੀਡਰਾਂ ਨੂੰ ਮੂਹਰੇ ਕਰਦਿਆਂ ਵਿਰੋਧੀ ਪਾਰਟੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਕਾਂਗਰਸ ਦੇ ਵਿੱਚ ਦਮ ਹੈ ਤਾਂ ਉਹ ਲੋਕਾਂ ਨਾਲ ਵਾਅਦਾ ਕਰੇ ਕਿ ਚੰਨੀ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੇ ਵਜੋਂ ਪਾਰਟੀ ਦੇ ਚਿਹਰਾ ਹੋਣਗੇ ਇਸ ਦਰਮਿਆਨ ਕੌਮੀ ਮਹਿਲਾ ਕਮਿਸ਼ਨ ਦੀ रेखा शर्मा ਨੇ ਪੰਜਾਬ ਦੇ ਨਵੇਂ ਨਿਯੁਕਤ ਕੀਤੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਮੀ 2 ਮੁਹਿੰਮ ਤਹਿਤ ਦੋਸ਼ ਲਾਉਂਦਿਆਂ ਚੰਨੀ ਦੇ ਅਸਤੀਫੇ ਦੀ ਮੰਗ ਵੀ ਕਰ ਲਈ ਹੈ ਜਾਨੀ ਕਿ ਇਹ ਬੜਾ ਬੜਾ ਹੈਰਾਨ ਕਰਨ ਵਾਲਾ ਹੈ ਕਿ ਜਿਸ ਦਿਨ ਨਵੇਂ ਮੁੱਖ ਮੰਤਰੀ ਨੇ ਆਪਣੀ ਸੌਂ ਚੁੱਕੀ ਹੈ ਉਸੇ ਦਿਨ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁੱਖ ਮੰਤਰੀ ਦਾ ਅਸਤੀਫਾ ਮੰਗ ਰਹੇ ਨੇ ਰੇਖਾ ਸ਼ਰਮਾ ਨੇ ਕਿਹਾ ਕਿ ਇੱਕ ਇਹੋ ਜਿਹੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਲਾਇਆ ਜਾਣਾ ਸ਼ਰਮਨਾਕ ਤੇ ਕਾਫੀ ਇਤਰਾਜ਼ਯੋਗ ਹੈ ਅਸੀਂ ਨਹੀਂ ਚਾਹੁੰਦੇ ਫਿਰ ਤੋਂ ਕਿਸੇ ਔਰਤ ਨੂੰ ਉਹੀ ਕੁਝ ਸਹਿਣ ਕਰਨਾ ਪਵੇ ਤੇ ਉਹੀ ਪਰੇਸ਼ਾਨੀ ਚੱਲਣੀ ਪਵੇ ਜੋ ਕਿ ਪਹਿਲਾਂ ਇੱਕ ਆਈਐਸ ਅਧਿਕਾਰੀ ਨੇ ਝੱਲੀ ਸੀ ਉਨਾ ਕਿਹਾ ਕਿ ਚੰਨੀ ਨੂੰ ਆਪਣੇ ਦੋਸ਼ਾਂ ਪ੍ਰਤੀ ਜਵਾਬਦੇਹ ਹੁੰਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਨੇ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦੇ ਮੁੱਖ ਮੰਤਰੀ ਬਣਤੇ ਨਿਗੀ ਵਧਾਈ ਦਿੱਤੀ ਆਮ ਆਦਮੀ ਪਾਰਟੀ ਨੇ ਉਮੀਦ ਕਰਦਿਆਂ ਕਿਹਾ ਕਿ ਚਰਨਜੀਤ ਚੰਨੀ ਆਪਣੇ 4-5 ਮਹੀਨਿਆਂ ਦੀ ਪਾਰੀ ਦੌਰਾਨ ਕਾਂਗਰਸ ਦੇ ਵੱਲੋਂ 2017 ਦੀਆਂ ਚੋਣਾਂ ਮੌਕੇ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ ਕਿਉਂਕਿ ਲੰਘੇ 4.5 ਸਾਲਾਂ ਦੇ ਵਿੱਚ ਸੱਤਾਧਾਰੀ ਕਾਂਗਰਸ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਹੈ ਹਰਪਾਲ ਚੀਮਾ ਨੇ ਵੀ ਵਾਦਾ ਪੂਰਾ ਕਰਨ ਦੇ ਲਈ ਕਿਹਾ ਹੈ ਕਿ ਆ ਕਿ 2017 ਦੇ ਵਿੱਚ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਬੇਘਰੇ ਦਲਿਤ ਪਰਿਵਾਰਾਂ ਨੂੰ 5 ਮਰਲੇ ਪਲਾਟ ਤੇ 1 ਲੱਖ ਰੁਪਏ ਵਿੱਤੀ ਸਹਾਇਤਾ ਵਜੋਂ ਦਿੱਤੇ ਜਾਣਗੇ ਤੇ ਹੁਣ ਚਰਨਜੀਤ ਸਿੰਘ ਚੰਨੀ ਨੂੰ ਇਹ ਵਾਦਾ ਜ਼ਰੂਰ ਪੂਰਾ ਕਰਨਾ ਚਾਹੀਦਾ ਕਿਉਂਕਿ ਨਹੀਂ ਤਾਂ ਉਹਨਾਂ ਦੀ ਸਰਕਾਰੇ ਵਾਦਾ ਪੂਰਾ ਕਰਨ 'ਚ ਫੇਲ ਹੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣ ਤੇ ਵਧਾਈਆਂ ਦਿੱਤੀਆਂ ਨੇ ਕੌਮੀ ਮੈਲਾ ਕਮਿਸ਼ਨ ਦੀ ਚੇਅਰਪਰਸਨ ਨੇ ਤਾਂ ਚੰਨੀ ਦਾ ਅਸਤੀਫਾ ਮੰਗਿਆ ਹੈ ਪਰ ਦੂਸਰੇ ਪਾਸੇ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਲੰਘੇ ਕੁਝ ਮਹੀਨਿਆਂ ਦੀ ਹੀ ਗੱਲ ਹੈ ਜਦੋਂ ਮਨੀਸ਼ਾ ਗੁਲਾਟੀ ਨੇ ਚਰਨਜੀਤ ਸਿੰਘ ਚੰਨੀ ਦੇ ਕਾਰਵਾਈ ਕਰਨ ਦੇ ਲਈ ਪੰਜਾਬ ਸਰਕਾਰ ਤੇ ਦਬਾਅ ਪਾਇਆ ਸੀ ਤੇ ਕਿਹਾ ਸੀ ਕਿ ਜਿਹੜਾ ਛੇੜਛਾੜ ਦਾ ਦੋਸ਼ ਹੈਗਾ ਆ ਸੋਸ਼ਣ ਦਾ ਦੋਸ਼ ਲੱਗਿਆ ਹੈ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਉਸ ਮਾਮਲੇ ਦੇ ਵਿੱਚ ਸਰਕਾਰ ਕਾਰਵਾਈ ਕਰੇ ਨਹੀਂ ਤਾਂ ਇੱਕ ਹਫਤੇ ਬਾਅਦ ਮੈਂ ਭੁਖ ਹੜਤਾਲ ਤੇ ਬੈਠ ਜਾਵਾਂਗੀ ਪਰ ਉਹ ਅਜਿਹਾ ਕੁਝ ਨਹੀਂ ਹੋਇਆ ਸੀ ਨਾ ਹੀ ਚੰਨੀ ਖਿਲਾਫ ਕੋਈ ਕਾਰਵਾਈ ਹੋਈ ਨਾ ਹੀ ਮਨੀਸ਼ਾ ਗੁਲਾਟੀ ਹੜਤਾਲ ਤੇ ਬੈਠੇ ਸਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵੇਜ ਨੇ ਟਵੀਟ ਕਰਕੇ ਕਾਂਗਰਸ ਸਰਕਾਰ ਤੇ ਤੰਚ ਕੱਸਿਆ ਹੈ ਅਨਿਲ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਕਾਂਗਰਸ ਕਿਸ ਨੂੰ ਮੁੱਖ ਮੰਤਰੀ ਬਣਾਏ ਆਪਣੀ ਗੱਡੀ ਤੇ ਕਿਹੜਾ ਇੰਜਣ ਲਾਏ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਪਰ ਜੋ ਇੰਜਣ ਕਦਮ-ਕਦਮ ਤੇ ਟਾਸ ਕਰਕੇ ਚੱਲਦਾ ਹੋਵੇ ਇਸ ਨਾਲ ਪੰਜਾਬ ਦਾ ਕੀ ਹਾਲ ਹੋਏਗਾ ਉਹਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਯਾਨੀ ਕਿ ਸਿੱਧਾ-ਸਿੱਧਾ ਚਰਨਜੀਤ ਸਿੰਘ ਨੇ ਤੇ ਤੰਝ ਕਸਿਆ ਕਿ ਹਰ ਕਦਮ ਤੇ ਟਾਸ ਕਰਕੇ ਚੱਲਣ ਵਾਲੀ ਸਰਕਾਰ ਹੈ ਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਵੇਂ ਹੀ ਪੰਜਾਬ ਰਾਜ ਭਵਨ ਦੇ ਵਿੱਚ ਆਪਣੇ ਅਹੁਦੇ ਦੀ ਸੌਂਹ ਚੁੱਕੀ ਉਵੇਂ ਹੀ ਪੰਜਾਬ ਦੇ ਖਾਸ ਕਰਕੇ ਲੁਧਿਆਣਾ ਦੇ ਜ਼ਿਲ੍ਹੇ ਦੇ ਵਿੱਚ ਕੈਪਟਨ ਸਾਹਿਬ ਦੇ ਜਿਹੜੇ ਵੱਡੇ ਵੱਡੇ ਹੋਲਡਿੰਗਸ ਲੱਗੇ ਸੀ ਉਹ ਉਤਰਨੇ ਸ਼ੁਰੂ ਹੋ ਗਏ ਨੇ ਲੁਧਿਆਣਾ ਦੇ ਵਿੱਚ ਤਾਂ ਉਤਰਨੇ ਸ਼ੁਰੂ ਹੋ ਗਏ ਨੇ ਤੇ ਹੁਣ ਪੂਰੇ ਪੰਜਾਬ ਦੇ ਵਿੱਚ ਵੀ ਸ਼ਾਇਦ ਆਉਂਦੇ ਦਿਨਾਂ ਦੇ ਵਿੱਚ ਉਤਾਰ ਦਿੱਤੇ ਜਾਣਗੇ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ਕੰਪਨੀ ਨੂੰ ਕੈਪਟਨ ਦੀਆਂ ਪ੍ਰਾਪਤੀਆਂ ਦੇ ਹੋਲਡਿੰਗਸ ਲਾਉਣ ਦੇ ਹੁਕਮ ਦੇ ਦਿੱਤੇ ਨੇ ਜਿਵੇਂ ਹੀ ਆਰਡਰ ਮਿਲਿਆ ਕੰਪਨੀ ਨੇ ਕੈਪਟਨ ਦੀਆਂ ਤਸਵੀਰਾਂ ਵਾਲੇ ਹੋਲਡਿੰਗਸ ਕਾਫੀ ਲਾ ਦਿੱਤੇ ਅਤੇ ਇੱਕ ਦੋ ਦਿਨਾਂ ਦੇ ਵਿੱਚ ਪੂਰੇ ਲੁਧਿਆਣਾ ਦੇ ਵਿੱਚ ਕੈਪਟਨ ਦੀਆਂ ਤਸਵੀਰਾਂ ਸਾਫ਼ ਕਰ ਦਿੱਤੀਆਂ ਜਾਣਗੀਆਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕਾਫੀ ਸਾਰਾ ਸੋਸ਼ਲ ਮੀਡੀਆ ਤੇ ਬਾਦ ਵਿਵਾਦ ਵੀ ਚੱਲ ਰਿਹਾ ਸਭ ਤੋਂ ਸ਼ਰਮਨਾਕ ਵਿਵਾਦ ਉਹਨਾਂ ਦੀ ਜਾਤ ਨੂੰ ਲੈ ਕੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਕੋਈ ਵੀ ਜਿਹੜਾ ਪਿਛੜੀਆਂ ਜਾਤੀਆਂ ਭਾਈਚਾਰੇ ਦਾ ਬੰਦਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬੈਠਿਆ ਹੈ ਭਾਵੇਂ ਕਾਂਗਰਸ ਹਾਈ ਕਮਾਂਡ ਨੇ ਆਪਣਾ ਦਲਿਤ ਕਾਰਡ ਹੀ ਖੇਡਿਆ ਹੈ ਪਰ ਇੱਕ ਇਤਿਹਾਸ ਹੈ ਕਿ ਚਰਨਜੀਤ ਸਿੰਘ ਚੰਨੀ ਪਹਿਲੇ ਮੁੱਖ ਮੰਤਰੀ ਬਣੇ ਨੇ ਜਿਹੜੇ ਕਿ ਪਿਛੜੀਆਂ ਜਾਤੀਆਂ ਭਾਈਚਾਰੇ ਦੇ ਵਿੱਚੋਂ ਹੈਗੇ ਨੇ ਪਰ ਬਹੁਤ ਹੀ ਜਿਹੜੇ ਕੁਝ ਜਾਤ ਦੇ ਹੰਕਾਰੀ ਲੋਕ ਨੇ ਉਹ ਇਸ ਕਰਕੇ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨੇ ਸਾਧ ਰਹੇ ਨੇ ਉਹਨਾਂ ਨੂੰ ਮਨਜ਼ੂਰ ਨਹੀਂ ਇਹ ਗੱਲ ਕਿ ਇੱਕ ਜਿਹੜੇ ਪਿਛੜੇ ਵਰਗ ਦੇ ਜਿਹੜੇ ਕੋਈ ਬੰਦਾ ਹੈ ਉਹ ਇਸ ਕੁਰਸੀ ਦੇ ਉੱਤੇ ਬੈਠੇ ਪਰ ਸਿੱਖੀ ਸਿਧਾਂਤ ਇਸ ਦੀ ਇਜਾਜ਼ਤ ਨਹੀਂ ਦਿੰਦੇ ਪੰਜਾਬ ਦਾ ਇਹੀ ਨਿਆਰਾਪਣ ਹੈ ਕਿ ਇੱਥੇ ਦਬੇ ਕੁਚਲੇ ਹੋਏ ਲੋਕਾਂ ਨੂੰ ਸਦਾ ਥਾਂ ਮਿਲਦੀ ਰਹੀ ਹੈ ਉੱਚੇ ਅਹੁਦੇ ਮਿਲਦੇ ਰਹੇ ਨੇ ਖਾਸ ਰਿਪੋਰਟ ਹੈ ਜਿਹੜੀ ਉਹ ਅਸੀਂ ਦਾ ਖਾਲਸ ਟੀਵੀ ਤੇ ਵੱਖਰੇ ਤੌਰ ਤੇ ਪਾਈ ਹੈ ਹੰਕਾਰ ਦਾ ਜਾਤ ਦਾ ਹੰਕਾਰ ਕਰਨ ਵਾਲੇ ਲੋਕਾਂ ਦੇ ਲਈ ਉਹ ਜ਼ਰੂਰ ਤੁਸੀਂ ਸੁਣਿਓ ਤੇ ਸਾਂਝੀ ਕਰਿਓ ਇੱਕ ਹੋਰ ਜਿਹੜੀ ਚਰਚਾ ਚੱਲ ਰਹੀ ਹੈ ਇੱਕ ਫੋਟੋ ਸਾਂਝੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਕਿਸੇ ਵੇਲੇ ਗਾਣੇ ਗਾਉਂਦੇ ਹੁੰਦੇ ਸੀ ਤੇ ਉਹਨਾਂ ਨੇ ਇਹ ਗਾਣਾ ਗਾਇਆ ਸੀ ਇੱਕ ਫੋਟੋ ਹੈ ਜਿਹੜੀ ਉਹ ਇੱਕ ਕਲੀਨ ਸ਼ੇਵ ਮੁੰਡੇ ਦੀ ਫੋਟੋ ਲੱਗੀ ਹੋਈ ਹੈ ਕੋਈ ਪੁਰਾਣਾ ਜਿਹੜਾ ਰਿਕਾਰਡ ਹੈ ਉਸ ਦੀ ਫੋਟੋ ਸਾਂਝੀ ਕੀਤੀ ਜਾ ਰਹੀ ਹੈ ਪਰ ਅਸੀਂ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਤੋਂ ਪਤਾ ਕੀਤਾ ਹੈ ਤਾਂ ਇਹ ਫੋਟੋ ਚਰਨਜੀਤ ਚੰਨੀ ਦੀ ਨਹੀਂ ਹੈ ਇਹ ਕੋਈ ਹੋਰ ਗਾਇਕ ਹੋਏਗਾ ਜਿਸ ਦਾ ਸੇਮ ਨਾਮ ਹੈ ਜਿਸ ਨੇ ਪੁਰਾਣੇ ਸਮੇਂ ਦੇ ਵਿੱਚ ਕੋਈ ਗਾਣਾ ਗਾਇਆ ਹੋਊਗਾ ਸੋ ਇਹ ਫੋਟੋ ਹੈ ਜਿਹੜੀ ਤਸਵੀਰ ਹੈ ਉਹ ਬਿਲਕੁਲ ਹੀ ਫੇਕ ਹੈ ਝੂਠੀ ਹੈ ਤੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੌ ਚੁੱਕ ਸਮਾਗਮ ਤੋਂ ਬਾਅਦ ਮੀਡੀਆ ਨਾਲ ਮਿਲਣੇ ਤੋਂ ਬਾਅਦ ਆਪਣੇ ਅਹੁਦੇ ਦਾ ਕਾਰਜਭਾਰ ਵੀ ਸੰਭਾਲ ਲਿਆ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਜਿਹੜਾ ਚਾਰਜ ਹੈ ਉਹ ਸੰਭਾਲ ਕੇ ਉਸ ਤੋਂ ਬਾਅਦ ਚਮਕੌਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ ਸੀ ਉੱਥੇ ਆਪਣੇ ਹਲਕੇ ਦੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਉਸ ਤੋਂ ਬਾਅਦ ਕੈਬਨਟ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਫਿਰ ਚੰਡੀਗੜ੍ਹ ਵੱਲ ਨੂੰ ਚਾਲੇ ਪਾਏ ਤਕਸਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੇ ਬੇਅਦਬੀ ਮਾਮਲੇ ਦੇ ਨਾਲ ਜੁੜੀ ਹੋਈ ਖਬਰ ਹੈ ਇੱਥੇ ਪੁਲਿਸ ਦੇ ਉੱਤੇ ਇਲਜ਼ਾਮ ਲਾ ਰਹੀਆਂ ਨੇ ਸਿੱਖ ਸੰਗਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਕੁਝ ਨੌਜਵਾਨ ਨੇ ਜਿਹੜੇ ਉਹਨਾਂ ਨੇ ਪੁਲਿਸ ਦੇ ਖਿਲਾਫ ਇਲਜ਼ਾਮ ਲਾਇਆ ਕਿ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਕ ਨੌਜਵਾਨ ਰਮਨਦੀਪ ਸਿੰਘ ਮੰਗੂ ਮੱਠ ਜਿਨ੍ਹਾਂ ਦਾ ਨਾਮ ਹੈ ਬੀਐਸਐਨਐਲ ਦੇ ਟਾਵਰ ਤੇ ਚੜ ਗਏ ਤੇ ਉਥੇ ਚੜੇ ਚੜਨ ਦਾ ਜਿਹੜਾ ਰੋਸ ਇਹੀ ਹੈ ਕਿ ਪੁਲਿਸ ਦੋਸ਼ੀ ਨੂੰ ਮਾਨਸਿਕ ਰੋਗੀ ਸਿੱਧ ਕਰਕੇ ਉਸ ਨੂੰ ਬਚਾਉਣਾ ਚਾਹੁੰਦੀ ਹੈ ਮੰਗ ਕੀਤੀ ਇਹਨਾਂ ਨੌਜਵਾਨਾਂ ਨੇ ਕਿ ਇਸ ਦੋਸ਼ੀ ਦਾ ਲਾਈ ਡਿਟੈਕਟਰ ਟੈਸਟ ਕੀਤਾ ਜਾਵੇ ਜੇ ਪੁਲਿਸ ਨਿਆਂ ਦੇਣ ਦੇ ਵਿੱਚ ਕਾਮਯਾਬ ਨਹੀਂ ਹੋਈ ਜਾਂ ਨਹੀਂ ਨਿਆ ਦੇ ਸਕਦੀ ਨਹੀਂ ਦੋਸ਼ੀ ਨੂੰ ਸਜ਼ਾ ਦੇ ਸਕਦੀ ਤਾਂ ਸਾਡੇ ਹਵਾਲੇ ਕਰਦੇ ਹੋ ਸੰਗਤ ਆਪਣੇ ਆਪ ਸਜ਼ਾ ਦੇਵੇਗੀ ਸੋ ਇਹ ਮੰਨ ਕਰਦੇ ਹੋਏ ਟਾਵਰ ਦੇ ਉੱਤੇ ਚੜ ਗਏ ਰਮਨਦੀਪ ਸਿੰਘ ਨਾਲ ਉਹਨਾਂ ਦੇ ਸਾਥੀ ਜਬਰਜੰਗ ਸਿੰਘ ਜਿਨ੍ਹਾਂ ਨੇ ਸਾਰੀ ਜਿਹੜੀ মিডিਆ ਨੂੰ ਗੱਲਬਾਤ ਦੱਸੀ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਆ ਕੇ ਵਾਦਾ ਕੀਤਾ ਇਹਨਾਂ ਨੌਜਵਾਨਾਂ ਦੇ ਨਾਲ ਕਿ ਦੋਸ਼ੀ ਦਾ ਲਾਈ ਡਿਟੈਕਟਡ ਟੈਸਟ ਕਰਵਾਵਾਂਗੇ ਉਸ ਤੋਂ ਬਾਅਦ ਇਹ ਨੌਜਵਾਨ ਜਿਹੜੇ ਹੈਗੇ ਨੇ ਉਹ ਬੀਐਸਐਨਐਲ ਟਾਵਰ ਤੋਂ ਹੇਠਾਂ ਉਤਰ ਆਏ ਜਿਹੜਾ ਇੱਥੇ ਸਾਡੇ ਅਨੰਦਪੁਰ ਸਾਹਿਬ ਮੰਦਪਾਗੀ ਘਟੜਾ ਹੋਈ ਹੈ ਇਹਦੀ ਜਿਹੜੀ ਤਫ਼ਤੀਸ਼ ਹੈ ਉਹ ਬੜੇ ਹੀ ਸੁਚੱਜੇ ਢੰਗ ਨਾਲ ਜਿਹੜੀ ਕੀਤੀ ਜਾ ਰਹੀ ਹੈ ਇਸ ਤਫ਼ਤੀਸ਼ ਦੇ ਸਬੰਧ ਦੇ ਵਿੱਚ ਅਸੀਂ ਆਲਰੇਡੀ ਸਾਡੇ ਐਸਐਸਪੀ ਸਾਹਿਬ ਲੋ ਇਹ ਬੱਲੇ ਫੈਸਲਾ ਲਿਆਗਾ ਵੀ ਇਹਦਾ ਨਾਰਕੋ ਟੈਸਟ ਜਿਹੜਾ ਬ੍ਰੇਨ ਮੈਪਿੰਗ ਤੇ ਜਿਹੜਾ ਲਾਈਟ ਰੈਟ ਟੈਸਟ ਜਿਹੜਾ ਹੈਗਾ ਉਹਦੇ ਵਾਸਤੇ ਅਸੀਂ ਸਵੇਰੇ ਜਦੋਂ ਇਹਨੂੰ ਪੇਸ਼ ਕਰਦਾ ਜਿਹੜੀ ਐਪਲੀਕੇਸ਼ਨ ਜਿਹੜੀ ਹੈ ਜੱਸਾ ਸਭ ਕੋ ਲੈਣੀ ਹੈ ਜੱਸਾ ਸਭ ਕੋ ਪਰਮਿਸ਼ਨ ਅਸੀਂ ਲੈਣੀ ਹੈ ਤੇ ਇਹਦਾ ਜਿਹੜਾ ਹੈਗਾ ਰਬਾਂਡ ਅਸੀਂ ਰਬਾਂਡੇ ਦਾ ਹੈਗਾ ਜਿਹੜਾ ਪੁਲਿਸ ਰਬਾਂਡ ਵਾਸਤੇ ਜਿਹੜਾ ਅਪਲਾਈ ਕਰਦਾ ਤੇ ਇਹਦਾ ਜਿਹੜਾ ਪੁਲਿਸ ਰਬਾਂਡ ਲੈ ਕੇ ਜਿਹੜੀ ਅਗਲੀ ਪੜਤ ਦੀ ਹੈ ਕਾਰਵਾਈ ਕੀਤੀ ਹੈ ਅੰਗ ਸਿੰਘ ਨੂੰ ਅਸੀਂ ਰਿਕਵੈਸਟ ਅਸੀਂ ਬੇਨਤੀ ਕਰਦੇ ਹਾਂ ਬੀਬੇਆਂ ਸਿੰਘ ਥੱਲੇ ਆਉਣ ਤੇ ਸਾਨੂੰ ਜਿਹੜਾ ਹੈਗਾ ਕੰਮ ਜਿਹੜਾ ਸਾਡਾ ਕਰਨ ਵਾਲਾ ਉਹਨੂੰ ਕਰ ਦੇਣ ਤੇ ਨੌਜਵਾਨ ਰਮਨਦੀਪ ਸਿੰਘ ਜਿਵੇਂ ਹੀ ਟਾਵਰ ਦੇ ਉੱਤੇ ਚੜਿਆ ਤਾਂ ਪੁਲਿਸ ਵੀ ਇੱਥੇ ਪਹੁੰਚ ਗਈ ਸੀ ਪੁਲਿਸ ਇੱਥੇ ਤਨਾਤ ਹੋ ਗਈ ਸੀ ਕਾਫੀ ਗੰਢਤੀ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਸ਼ਾਸਨ ਇਹਨਾਂ ਨੌਜਵਾਨਾਂ ਨੂੰ ਮਨਾਉਣ ਦੇ ਵਿੱਚ ਸਫਲ ਹੋ ਗਿਆ ਪਰ ਹੁਣ ਇਹ ਨਹੀਂ ਪਤਾ ਕਿ ਲਾਈ ਡਿਟੈਕਟਿਵ ਟੈਸਟ ਦੋਸ਼ੀ ਦਾ ਕਦੋਂ ਕੀਤਾ ਜਾਵੇਗਾ ਤੇ 21 ਸਤੰਬਰ ਵੀ ਮੰਗਲਵਾਰ ਨੂੰ ਹੀ ਹੈ ਜਦੋਂ ਦੇ ਲਈ ਜਥੇਦਾਰ ਤਖਤਰੀ ਕੇਸਗੜ ਸਾਹਿਬ ਜਿਨ੍ਹਾਂ ਨੇ ਅਲਟੀਮੇਟਮ ਦਿੱਤਾ ਹੈ ਪੁਲਿਸ ਨੂੰ ਅਨੰਦਪੁਰ ਸਾਹਿਬ ਦੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਕਿ 21 ਸਤੰਬਰ ਤੱਕ ਅਸਲ ਦੋਸ਼ੀ ਦਾ ਥੋਪਤਾ ਦੱਸੋ ਨਹੀਂ ਤਾਂ ਸੰਗਤ ਆਪਣੀਆਂ ਰਵਾਇਤਾਂ ਦੇ ਮੁਤਾਬਿਕ ਫੈਸਲਾ ਕਰੇਗੀ ਇਹ ਗਿਆਨੀ ਰਗਵੀਰ ਸਿੰਘ ਨੇ ਅਲਟੀਮੇਟਮ ਦਿੱਤਾ ਹੋਇਆ ਹੁਣ 21 ਸਤੰਬਰ ਨੂੰ ਪੁਲਿਸ ਕੀ ਫੈਸਲਾ ਕਰਦੀ ਹੈ ਕਿਉਂਕਿ 21 ਸਤੰਬਰ ਤੱਕ ਦੋਸ਼ੀ ਪੁਲਿਸ ਰਿਮਾਂਡ ਤੇ ਹੈ 20 ਸਤੰਬਰ ਨੂੰ ਪੰਜਾਬ ਦੇ ਵਿੱਚ ਇੱਕ ਪਾਸੇ ਨਵੇਂ ਮੁੱਖ ਮੰਤਰੀ ਸੌਂਚ ਚੁੱਕ ਰਹੇ ਸੀ ਤਾਂ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 17 ਸਤੰਬਰ ਨੂੰ ਦਿੱਲੀ ਦੇ ਵਿੱਚ ਅਕਾਲੀਆਂ ਨੇ ਜੋ ਰੋਸ ਮਾਰਚ ਕੱਢਿਆ ਸੀ ਉਸ ਵਿੱਚ ਸ਼ਾਮਿਲ ਹੋਣ ਵਾਸਤੇ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਗਏ ਸੀ ਪਰ 16 ਸਤੰਬਰ ਨੂੰ ਰਾਤ ਨੂੰ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ਤੇ ਕੁਝ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ ਕਹਿੰਦੇ ਸਾਰੇ ਉਹ ਲੋਕ ਸੀਗੇ ਜਿਨ੍ਹਾਂ ਦੀ ਕਿਸਾਨੀ ਅੰਦੋਲਨ ਦੇ ਵਿੱਚ ਵੀ ਵੱਡੀ ਭੂਮਿਕਾ ਹੈ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਦੇ ਵਿੱਚ ਇਹਨਾਂ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਜਿਨ੍ਹਾਂ ਨੂੰ 16 ਸਤੰਬਰ ਨੂੰ ਲੋਕਾਂ ਨੇ ਘੇਰਿਆ ਸੀ ਜਿਮਾ ਨੇ ਦੱਸਿਆ ਕਿ ਇਹਨਾਂ ਦੀਆਂ ਦਸਤਾਰਾਂ ਲਾਹ ਦਿੱਤੀਆਂ ਗਈਆਂ ਦਾੜੀ ਪੁੱਟੀ ਗਈ ਫੋਨ ਖੋਇਆ ਗਿਆ ਜ਼ਲੀਲ ਕੀਤਾ ਗਿਆ 4500 ਰੁਪਏ ਵੀ ਇਹਨਾਂ ਕੋਲੋਂ ਜ਼ਬਰਦਸਤੀ ਖੋਹੇ ਗਏ ਆਕਾਲੀ ਦਲ ਨੇ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਦਾਵਾ ਕੀਤਾ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਸਾਨ ਲੀਡਰਾਂ ਵੱਲੋਂ ਇਸ ਗੱਲ ਦਾ ਜਵਾਬ ਮੰਗਿਆ ਹੈ ਚੰਦੂ ਮਾਜਰਾ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਕਿਸਾਨਾਂ ਨੂੰ ਇਸ ਬਾਰੇ ਚਿੱਠੀ ਵੀ ਲਿਖਾਂਗੇ ਤੇ ਉਹਨਾਂ ਵੱਲੋਂ ਵੀ ਜਵਾਬ ਦੀ ਆਸ ਰੱਖਦੇ ਹਾਂ ਚਿੱਠੀ ਵਿੱਚ ਅਸੀਂ ਕਿਸਾਨ ਲੀਡਰਾਂ ਨੂੰ ਇਹੀ ਪੁੱਛਾਂਗੇ ਕਿ 16 ਸਤੰਬਰ ਨੂੰ ਕਿਸਾਨਾਂ ਵਰਕਰਾਂ ਦੇ ਨਾਲ ਜੋ ਹੋਇਆ ਕੀ ਉਹ ਸਹੀ ਸੀ ਇਹੋ ਜਿਹੀਆਂ ਅਣਸਖਾਵੀਆਂ ਤੇ ਹਿਰਦੇ ਵਿੱਚ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਮੈਂ ਕਹਿ ਸਕਦਾ ਕਿ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਇੱਕ ਗੱਲ ਜਿਹੜੀ ਇੱਥੇ ਮੈਂ ਮੈਂਸ਼ਨ ਕਰਨੀ ਚਾਹੁੰਦਾ ਕਿ ਇਹ ਤੁਹਾਨੂੰ ਅਸੀਂ ਡਿਟੇਲ ਵੀ ਦਿਆਂਗੇ ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਦੀ ਕਿਸਾਨੀ ਦੇ ਅੰਦੋਲਨ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਹੈ ਬੜੇ ਵੱਡੇ ਯੋਗਦਾਨ ਰਹੇ ਪਰ ਜੋ ਕੋਈ 16 ਤਰੀਕ ਨੂੰ ਰਸਤੇ ਵਿੱਚ ਜਾ ਕੇ ਉਹਨਾਂ ਨੂੰ ਜਰੀਲ ਕੀਤਾ ਗਿਆ ਸਭ ਤੋਂ ਪਹਿਲਾਂ ਸਰਦਾਰ ਰਾਮ ਸਿੰਘ ਜੀ ਪੱਪੀ ਸਰਕਲ ਪ੍ਰਧਾਨ ਮੁਖਸਰ ਸਾਹਿਬ ਦੇ ਉਹ ਮੇਰੇ ਨਾਲ ਇੱਥੇ ਖੜੇ ਨੇ ਅਮਰਧਾਰੀ ਗੁਰਸਿੱਖ ਨੇ ਇਹਨਾਂ ਦੀ ਦਸਤਾਰ ਵੀ उतारी ਗਈ ਇਹਨਾਂ ਦੀ ਦਾੜੀ ਵੀ ਪੱਤੀ ਗਈ ਔਰ ਹਰ ਤਰ੍ਹਾਂ ਦੇ ਨਾਲ ਉੱਥੇ ਜਿਹੜੀ ਆ ਜਿਹੜੇ ਹੁੱਲੜ ਬਾਜ ਉੱਥੇ ਖੜੇ ਸੀ ਉਹਨਾਂ ਨੇ ਹਰ ਤਰੀਕੇ ਦੇ ਨਾਲ ਇਹਨਾਂ ਨੂੰ ਜਲੇਲ ਕੀਤਾ ਛਾਂ ਦੇ ਹੀ ਪੂਰੀ ਬੰਦਿਆਂ ਦੀ ਹੋ ਸਕੇ ਇਹਨਾਂ ਦਾ ਤਫ਼ਤੀਸ਼ ਹੋ ਸਕੇ ਇਹਨਾਂ ਦਾ ਪਤਾ ਲੱਗ ਸਕੇ ਕਿ ਇਹ ਬੰਦੇ ਕਿਹੜੇ ਨੇ ਔਰ ਇਹਨਾਂ ਨੇ ਜੋ ਸਾਡੇ ਵੱਡੇ ਬਜ਼ੁਰਗਾਂ ਦੇ ਨਾਲ ਔਰ ਸਾਡੀਆਂ ਜਿਹੜੀ ਟੈਂਪੋ ਟਰੈਵਲ ਵਿੱਚ ਭੈਣਾਂ ਦੇ ਮਾਮਾ ਬੈਠੀਆਂ ਸੀ ਉਹਨਾਂ ਨਾਲ ਗਲਤ ਮਲਬੋਤ ਮੰਦੀ ਸ਼ਬਦਾਂ ਦੀ ਬੋਲੀ ਹੈ ਤੇ ਇਸ ਗੱਲ ਤੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਦੇਖਿਏ ਜੋ ਹਮ ਸੰਘਰਸ਼ ਵਿੱਚ ਮਦਦ ਕਰਤੇ ਹਨ ਉਹ ਕਿਸੇ ਕੇ ਕਹਿਣੇ से ਨਹੀਂ ہماری ਭਾਵਨਾ से ਕਰਤੇ ਹਮ हमारा फर्ज बनता है जो इन लोगों ने कंट्रीब्यूट किया है संघर्ष में या हमने वहाँ प्रदर्शन किया है हमारी अपनी पार्टी की सोच है हमारी पार्टी की नीति है हम अपनी पार्टी की सोच और नीति के मुताबिक ही संघर्ष में शामिल हुए हैं इस्तीफा दिया है वोट अगेंस्ट डाली है और एन डी ए से बाहर आए हैं हमारी पार्टी की सोच अपनी नीति के अनुसार हुई है ये तो हमने हम ये कहना चाहते हैं कि जो लोग वहाँ जिम्मेवार हैं उन्होंने देखना है कि इस संघर्ष को कौन है जो बदनाम कर रहे हैं कौन हैं जो किसी और दिशा पे ले जाना चाहते हैं और श्रोमणी अकाली दल का जो इतिहास है श्रोमणी अकाली दल हमेशा लोगों के साथ खड़ा ਤੇ ਸਿਆਸਤ ਦੀਆਂ ਨਾ ਖਬਰਾਂ ਦੇ ਦਰਮਿਆਨ ਇੱਕ ਖਬਰ ਤੁਹਾਨੂੰ ਹੋਰ ਦੱਸ ਦਿੰਦੇ ਆ ਕਾਂਗਰਸ ਦੇ ਕਲੇਸ਼ ਦੇ ਨਾਲ ਜੁੜੀ ਹੋਈ ਕਿ ਕਾਂਗਰਸ ਦੇ ਕਲੇਸ਼ ਦਾ ਮੁੱਢ ਆਖਿਰਕਾਰ ਕਿੱਥੋਂ ਵੱਜਿਆ ਸੀ ਮੋਗਾ ਮੋਗਾ ਜ਼ਿਲ੍ਹੇ ਤੋਂ ਵੱਜਿਆ ਸੀ ਜਦੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਦੇ ਖੇਤੀ ਕਾਨੂੰਨਾਂ ਖਿਲਾਫ ਟਰੈਕਟਰ ਮਾਰਚ ਦੌਰਾਨ ਰੈਲੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਉਦੋਂ ਕੈਪਟਨ ਤੇ ਸਿੱਧੂ ਦੇ ਵਿਚਾਲੇ ਖਾਨਾ ਜੰਗੀ ਦਾ ਮੋਡ ਹੈ ਜਿਹੜਾ ਉਹ ਵਜਿਆ ਸੀ ਹਾਲਾਂਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਨਵਜੋਤ ਸਿੰਘ ਸਿੱਧੂ ਨੂੰ ਇਹ ਸੇਹਰਾ ਮਿਲਿਆ ਸੀ ਉਦੋਂ ਵੀ ਦੋਨਾਂ ਲੀਡਰਾਂ ਦੇ ਵਿੱਚ ਖਟਪਟ ਹੋ ਗਈ ਸੀ ਪਰ ਕੁਝ ਸਮੇਂ ਦੇ ਲਈ ਉਹ ਸ਼ਾਂਤ ਹੋ ਗਈ ਸੀ ਪਰ ਮੋਗਾ ਰੈਲੀ ਤੋਂ ਬਾਅਦ ਤਾਂ ਇਹ ਖਾਨਾ ਜੰਗੀ ਹੈ ਜਿਹੜੀ ਉਹ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਸੀ ਜਨਤਕ ਤੌਰ ਤੇ ਸ਼ੁਰੂ ਹੋ ਗਈ ਸੀ ਹੁਸ਼ਿਆਰਪੁਰ ਤੋਂ ਖਬਰ ਹੈ ਜਿੱਥੇ ਰਹੀਮਪੁਰ ਸਥਿਤ ਮੁੱਖ ਸਬਜ਼ੀ ਮੰਡੀ ਤੋਂ ਸਵੇਰੇ-ਸਵੇਰੇ ਕਾਰ ਸਵਾਰ ਕੁਝ ਵਿਅਕਤੀ ਕਾੜਤੀਏ ਦੇ 21 ਸਾਲਾ ਨੌਜਵਾਨ ਪੁੱਤਰ ਨੂੰ ਅਗਵਾ ਕਰਕੇ ਲੈ ਗਏ 2 ਕਰੋੜ ਦੀ ਫਿਰੋਕਤੀ ਮੰਗ ਰਹੇ ਨੇ ਪਰਿਵਾਰ ਦਾ ਕਹਿਣਾ ਹੈ ਕਿ ਅਗਵਾਕਾਰ ਮੁੰਡੇ ਨੂੰ ਰਿਹਾ ਕਰਨ ਦੇ ਲਈ 2 ਕਰੋੜ ਮੰਗ ਰਹੇ ਨੇ ਪੁਲਿਸ ਅਗਵਾਕਾਰਾਂ ਅਗਵਾਕਾਰਾਂ ਤੱਕ ਪਹੁੰਚਣ ਦੀ ਜਿਹੜੀ ਪੰਜ ਦੌੜ ਕਰ ਰਹੀ ਹੈ ਪਰ ਕੋਈ ਸਫਲਤਾ ਨਹੀਂ ਮਿਲੀ ਖਬਰ ਪੜੇ ਜਾਣ ਤੱਕ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਦਾ ਕਿ ਇੱਕ ਵਰਨਾਕਾਰ ਮੁੰਡੇ ਦੀ ਮਰੂਤੀ ਕਾਰ ਦੇ ਪਿੱਛੇ ਲੱਗੀ ਹੋਈ ਸੀ ਲੜਕੇ ਦੀ ਕਾਰ ਜਿਵੇਂ ਹੀ ਉਸ ਦੀ ਦੁਕਾਨ ਦੇ ਬਾਹਰ ਜਾ ਕੇ ਰੁਕੀ ਯਾਨਕਿ ਉਹਦੀ ਆਪਣੀ ਦੁਕਾਨ ਦੇ ਬਾਹਰ ਜਾ ਕੇ ਦੁਰ ਰੁਕੀ ਤਾਂ ਅਗਵਾਕਾਰਾਂ ਨੇ ਮੁੰਡੇ ਨੂੰ ਘੇਰ ਲਿਆ ਮੁੰਡੇ ਦੀ ਕਾਰ ਵੀ ਇਹ ਅਗਵਾ ਕਰਨ ਵਾਲੇ ਨਾਲ ਹੀ ਲੈ ਗਏ। ਕਿਸਾਨ ਅੰਦੋਲਨ ਦੇ ਨਾਲ ਜੁੜੀ ਖਬਰ ਦੱਸਦੀ ਹੈ ਤਾਂ ਸਿੰਘੂ ਬਾਰਡਰ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਜੋ ਐਲਾਨ ਕੀਤਾ ਹੈ ਕਿ ਹੈ ਕਿ ਸਾਡਾ ਕਿਸਾਨ ਜਿਹੜਾ ਸੰਘਰਸ਼ ਹੈ ਉਹ ਜ਼ੋਰਦਾਰ ਢੰਗ ਦੇ ਨਾਲ ਜਾਰੀ ਰਹੇਗਾ। ਸ਼ਾਂਤੀਪੂਰਵਕ ਤਰੀਕੇ ਨਾਲ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਕਿਸੇ ਪਾਰਟੀ ਦੇ ਅੰਦਰ ਜਾਂ ਪਾਰਟੀਆਂ ਦੇ ਵਿੱਚ ਸਿਆਸੀ ਲੜਾਈ ਹੈ ਜਿਹੜੀ ਉਹ ਸਾਡੇ ਸੰਘਰਸ਼ ਨੂੰ ਪ੍ਰਭਾਵਿਤ ਕਰਨ ਵਾਲੀ ਨਹੀਂ ਹੈ। ਨਾ ਹੀ ਕਿਸੇ ਸੂਬੇ ਦੇ ਮੁੱਖ ਮੰਤਰੀ ਬਦਲਣ ਨਾਲ ਸਾਨੂੰ ਕੋਈ ਫਰਕ ਪਵੇਗਾ ਸਾਡੇ ਸੰਘਰਸ਼ ਨੂੰ ਕੋਈ ਫਰਕ ਨਹੀਂ ਪਵੇਗਾ ਇਹ ਮੋਰਚੇ ਦੇ ਲੀਡਰਾਂ ਨੇ ਬਿਆਨ ਜਾਰੀ ਕੀਤਾ ਕਿਉਂਕਿ ਪੱਤਰਕਾਰਾਂ ਦੇ ਵੱਲੋਂ ਲਗਾਤਾਰ ਸਵਾਲ ਪੁੱਛੇ ਜਾ ਰਹੇ ਸੀ ਤੇ ਅਸੀਂ ਵੀ ਜਿਹੜਾ ਇਹ ਸਵਾਲ ਕੀਤਾ ਸੀ ਕਿਸਾਨ ਲੀਡਰ ਬਲਦੇਵ ਸਿੰਘ ਸਿਰਸ ਸਾਨੂੰ ਤੋਂ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਮਰਜ਼ੀ ਬਦਲਦਾ ਰਹੇ ਪਰ ਸਾਡੇ ਕਿਸਾਨੀ ਸੰਘਰਸ਼ ਨੂੰ ਕੋਈ ਵੀ ਠੇਸ ਨਹੀਂ ਪਹੁੰਚਣ ਵਾਲੀ ਹੈ ਸਾਡਾ ਸੰਘਰਸ਼ ਉਸੇ ਤਰ੍ਹਾਂ ਚੱਲਦਾ ਰਹੇਗਾ ਅੱਜ ਕੈਪਟਨ ਨੂੰ ਜਿਹੜਾ ਉਹ ਬੇਇਜਤ ਹੋਣਾ ਪਿਆ ਕਿਉਂ ਉਹਦਾ ਕਾਰਨ ਇਹ ਕਿ ਉਹਨੇ ਇਲੈਕਸ਼ਨਾਂ ਤੋਂ ਪਹਿਲਾਂ ਗੁਰਬਾਣੀ ਦਾ ਗੁਟਕਾ ਫੜ ਕੇ ਆਤੇ ਤੇ ਕਸਮਾਂ ਖਾਧੀਆਂ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਜਿੰਨਾ ਬੇਦੀਵੀ ਕੀਤੀ ਆ ਉਹਨਾਂ ਨੂੰ ਜਿਹੜਾ ਜੇਲਾ ਚ ਬੰਦ ਕੀਤਾ ਜਾਊ ਤੇ ਜਿਹੜੇ ਨਸ਼ੇ ਦੇ ਵਪਾਰੀ ਨੇ ਉਹਨਾਂ ਨੂੰ ਕੀਤਾ ਜਾਊ ਨਾ ਕੋ ਨਸ਼ੇ ਦਾ ਵਪਾਰੀ ਗਿਆ ਜੇਲ੍ਹ ਚ ਤੇ ਨਾ ਕੋ ਰੁਕ ਲਗੀ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਦੀਵੀ ਕਰਨ ਵਾਲੇ ਕੋਈ ਗਏ ਇਸ ਕਰਕੇ ਅੱਜ ਉਹਨੂੰ ਗੁਰਬਾਣੀ ਦੀ ਝੂਠੀ ਸੌਂਹ ਕਾਣ ਦੇ ਕਾਰਨ ਉਥੇ ਅਮਲ ਨਹੀਂ ਕੀਤਾ ਤੇ ਉਹਨੂੰ ਅੱਜ ਵੇਚਣਾ ਪਿਆ ਔਰ ਅਗਲੀ ਗੱਲ ਇਹ ਕੋਈ ਨਵੇਂ ਆ ਲਿਆ ਰਹੇ ਨੇ ਹੁਣ ਮੈਨੂੰ ਸਾਨੂੰ ਨਹੀਂ ਪਤਾ ਵੀ ਕੌਣ ਆਉਂਦਾ ਹੈ ਉਹਨਾਂ ਦੀ ਪਾਰਟੀ ਦਾ ਮਸਲਾ ਪਰ ਇੱਕ ਨਸੀਹਤ ਆਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਭਾਈ ਜਿਤਨਾ ਅੱਜ ਕੈਪਟਨੀ ਹੋਈ ਹੈ ਨਾ ਹਾਲਤ ਤੇ ਜੇ ਤੁਸੀਂ ਤੁਹਾਡੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੀ ਉਹਨੂੰ ਤਾਂ ਤੁਸੀਂ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਤ ਪਰ ਜੇ ਕਿਤੇ ਤੁਸੀਂ ਮੁੱਖ ਮੰਤਰੀ ਬਣ ਕੇ ਉਹ ਪਹਿਲੇ ਕੀਤੇ ਵਾਅਦੇ ਜਿਹਦੇ ਕਰਕੇ ਅੱਜ ਚੋਨ ਨੂੰ ਹਿਲਾਇਆ ਤੇ ਜੇ ਕਿਤੇ ਨਾ ਤੇ ਪੁੱਤ ਤੁਹਾਡੀ ਹਾਲਤ ਵੀ ਹੋਈ ਹੋਣੀ ਇਹ ਗੱਲ ਮੈਂ ਕਹਦੇ ਨਹੀਂ ਚਾਉਣਾ ਹੁਣ ਨਿਸਾਨ ਮੋਰਚੇ ਦੇ ਲੀਡਰਾਂ ਨੇ ਵੀ ਦੱਸਿਆ ਕਿ 27 ਸਤੰਬਰ ਨੂੰ ਭਾਰਤ ਬੰਦ ਨੂੰ ਪੂਰੀ ਤਰ੍ਹਾਂ ਦੇ ਨਾਲ ਸਫਲ ਬਣਾਉਣ ਦੇ ਲਈ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਲਾਮਬੰਦ ਨੇ ਜੁਟੀਆਂ ਹੋਈਆਂ ਨੇ ਵੱਖ-ਵੱਖ ਦੇਸ਼ ਦੀਆਂ ਥਾਵਾਂ ਦੇ ਉੱਤੇ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਅਸੀਂ ਜਿਹੜੀ ਚੇਤਨਾ ਹੈਗੀ ਆ ਉਹ ਫੈਲਾ ਰਹੇ ਹਾਂ ਤੇ ਇਹ ਭਾਰਤ ਬੰਦ ਪੂਰੀ ਤਰ੍ਹਾਂ ਦੇ ਨਾਲ ਸਫਲ ਰਹੇਗਾ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੇ ਵਿੱਚ ਇਤਿਹਾਸਿਕ ਮਹਾ ਪੰਚਾਇਤ ਹੋਈ ਜਿੱਥੇ ਅਵਦ ਇਲਾਕੇ ਤੋਂ ਕਿਸਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ ਇਹ ਜਿਹੜੀਆਂ ਤਸਵੀਰਾਂ ਨੇ ਮੂੰਹੋਂ ਬੋਲਦੀਆਂ ਨੇ ਕਿ ਕਿੰਨਾ ਵੱਡਾ ਇਕੱਠ ਸੀਤਾਪੁਰ ਦੇ ਵਿੱਚ ਹੋਇਆ ਹੈ ਇਥੇ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯੂਪੀ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਕਰਵਾਈਆਂ ਜਾਣਗੀਆਂ ਪਰਾਲੀ ਸਾੜਨ ਤੋਂ ਬਚਣ ਲਈ ਆਉਣ ਵਾਲੇ ਪੰਦਰਵਾੜੇ ਦੇ ਵਿੱਚ 250 ਰੁਪਏ ਪ੍ਰਤੀ ਕੁਇੰਟਲ ਦੇ ਮੁਆਵਜ਼ੇ ਦੀ ਮੰਗ ਲਈ ਅੰਦੋਲਨ ਸ਼ੁਰੂ ਕੀਤਾ ਜਾਏਗਾ ਕਿਸਾਨਾਂ ਦੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਸੁਪਰੀਮ ਕੋਰਟ ਉਸ ਪਟੀਸ਼ਨ ਤੇ ਸੁਣਵਾਈ ਕਰਨ ਦੇ ਲਈ ਰਾਜ਼ੀ ਹੋ ਗਈ ਹੈ ਜਿਸ ਦੇ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਚੰਗਾਉਣ ਵਾਲੀਆਂ ਔਰਤਾਂ ਨੂੰ ਉੱਚ ਜੋਖਮ ਵਾਲੀ ਸ਼੍ਰੇਣੀ ਵਿੱਚ ਰੱਖਦੇ ਹੋਏ ਕੋਵਿਡ 19 ਟੀਕਾਕਰਨ ਵਿੱਚ ਪਹਿਲ ਦਿੱਤੇ ਜਾਣ ਦੀ ਮੰਗ ਕੀਤੀ ਗਈ ਜਸਟਿਸ ਡੀ.ਵਾਈ ਚੰਦਰ ਚੂੜ ਵਾਲੇ ਬੈਂਚ ਨੇ ਦਿੱਲੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਪਟੀਸ਼ਨ ਤੇ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ 2 ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਹੈ ਤੇ ਕਿਹਾ ਹੈ ਕਿ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਪਹਿਲ ਦੇ ਆਧਾਰ ਤੇ ਟੀਕਾਕਰਨ ਕਦੋਂ ਸ਼ੁਰੂ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਅਦਾਲਤ ਨੇ ਇੱਕ ਗੈਰ ਸਰਕਾਰੀ ਸੰਸਥਾ ਇਵਾਰਾ ਫਾਊਂਡੇਸ਼ਨ ਦੀ ਅਰਜ਼ੀ ਤੇ ਦਿਵਿਆਂਗਾਂ ਦੇ ਘਰ-ਘਰ ਜਾ ਕੇ ਟੀਕਾਕਰਨ ਕੀਤੇ ਜਾਣ ਸੰਬੰਧੀ ਚੁੱਕੇ ਗਏ ਕਦਮਾਂ ਬਾਰੇ ਵੀ ਮੋਦੀ ਸਰਕਾਰ ਤੋਂ 2 ਹਫ਼ਤਿਆਂ ਦੇ ਵਿੱਚ ਵਾਪਸ ਮੰਗਿਆ ਇਨਕਮ ਟੈਕਸ ਵਿਭਾਗ ਦੀਆਂ ਰੇਡਾਂ ਦਾ ਸਾਹਮਣਾ ਕਰ ਰਹੇ ਸੋਨੂ ਸੂਦ ਨੇ ਪਹਿਲੀ ਵਾਰੀ ਆਪਣਾ ਬਿਆਨ ਦਿੱਤਾ ਹੈ ਲਗਾਤਾਰ 4 ਦਿਨਾਂ ਤੋਂ ਇਨਕਮ ਟੈਕਸ ਵਿਭਾਗ ਨੇ ਸੋਨੂ ਸੂਦ ਨੂੰ ਘੇਰਿਆ ਹੋਇਆ ਸੀ ਅਤੇ ਇਹ ਵੀ ਦੋਸ਼ ਲਾਇਆ ਕਿ ਸੋਨੂ ਸੂਦ ਅਤੇ ਉਸ ਦੇ ਸਾਥੀਆਂ ਨੇ 20 ਕਰੋੜ ਰੁਪਏ ਦਾ ਟੈਕਸ ਚੋਰੀ ਕੀਤਾ ਤੇ ਹੁਣ ਸੋਨੂ ਸੂਦ ਨੇ ਬਿਆਨ ਦਿੱਤਾ ਹੈ ਕਿ ਮੇਰੀ ਸੰਸਥਾ ਦਾ ਇੱਕ ਇੱਕ ਰੁਪਈਆ ਜਿਹੜਾ ਉਹ ਕੀਮਤੀ ਜਾਨਾਂ ਬਚਾਉਣ ਦਾ ਇੰਤਜ਼ਾਰ ਕਰ ਰਿਹਾ ਹੈ ਇੰਸਟਾਗ੍ਰam ਤੇ ਲਿਖਿਆ ਕਿ ਪੂਰੀ ਨਿਮਰਤਾ ਨਾਲ ਮੈਂ ਵਾਪਸ ਆ ਗਿਆ ਜ਼ਿੰਦਗੀਆਂ ਬਚਾਉਣ ਵਿੱਚ ਤੁਹਾਡੀ ਸੇਵਾ ਖਾਤਰ ਮੇਰੀ ਯਾਤਰਾ ਜਾਰੀ ਹੈ ਜੈ ਹਿੰਦ ਉਹਨੇ ਇਹ ਵੀ ਲਿਖਿਆ ਕਿ ਪਿਛਲੇ 4 ਦਿਨਾਂ ਦੇ ਵਿੱਚ ਮੈਂ ਕਿਸੇ ਹੋਰ ਮਹਿਮਾਨ ਦੀ ਖਾਤਰਦਾਰੀ ਕਰਨ ਦੇ ਵਿੱਚ ਰੁੱਝਿਆ ਹੋਇਆ ਸੀ ਯਾਨੀ ਕਿ ਇਨਕਮ ਟੈਕਸ ਵਾਲਿਆਂ ਦੀ ਖਾਤਰਦਾਰੀ ਕਰਨ ਵਿੱਚ ਬੇਸਤ ਸੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਜੁੜੀਆਂ ਇੱਕ ਦੋ ਹੋਰ ਅਪਡੇਟਸ ਨੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਅਹੁਦਾ ਸਾਮਣ ਤੋਂ ਬਾਅਦ ਸਿੱਧਾ ਆਪਣੇ ਹਲਕਾ ਚਮਕੌਰ ਸਾਹਿਬ ਗਏ ਉੱਥੇ ਪਹੁੰਚ ਕੇ ਲੋਕਾਂ ਦਾ ਧੰਨਵਾਦ ਕੀਤਾ ਚੰਨੀ ਨੇ ਕਿਹਾ ਕਿ ਇਹ ਅਹੁਦਾ ਮੈਨੂੰ ਨਹੀਂ ਮਿਲਿਆ ਚਮਕੌਰ ਸਾਹਿਬ ਦੇ ਹਰ ਨਾਗਰਿਕ ਨੂੰ ਮਿਲਿਆ ਹੈ ਚੰਨੀ ਨੇ ਇੱਥੇ ਵੀ ਪੰਕਤੀ ਦਾ ਉਚਾਰਨ ਕਰਦਿਆਂ ਸਰਦਾਰੀ ਦੀ ਮਹੱਤਤਾ ਬਾਰੇ ਦੱਸਿਆ ਕਿ ਤਿੰਨ ਹੀ ਕੋ ਸਰਦਾਰ ਬਣਾਉ ਤਬੀ ਗੋਬਿੰਦ ਸਿੰਘ ਨਾਮ ਖਾਉ ਮੈਂ ਚਮਕੌਰ ਸਾਹਿਬ ਦੇ ਲੋਕਾਂ ਦਾ ਕਹਿੰਦੇ ਦੇਣਾ ਨਹੀਂ ਦੇ ਸਕਦਾ ਇੱਥੇ ਮੈਂ ਯੂਨੀਵਰਸਿਟੀ ਬਣਾਉਣਾ ਚਾਹੁੰਦਾ ਹਾਂ ਸਾਰੀਆਂ ਗਲੀਆਂ ਪੱਕੀਆਂ ਕਰਵਾ ਦੇਵਾਂਗਾ ਪਾਰਕਾਂ ਬਣਵਾ ਦੇਵਾਂਗਾ 50 ਕਰੋੜ ਰੁਪਏ ਚਮਕੌਰ ਸਾਹਿਬ ਦੀ ਖੂਬਸੂਰਤੀ ਤੇ ਲਾ ਦੇਾਂਗੇ ਚੰਨੀ ਨੇ ਇੱਥੇ ਵੀ ਪਹੁੰਚ ਕੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਗਵਾਈ ਦੇ ਵਿੱਚ ਕੈਬਨਟ ਬੈਠਕ ਹੋਈ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਕਿਹਾ ਕਿ ਕਾਰਜ ਪ੍ਰਣਾਲੀ ਸ਼ੁਰੂ ਹੋ ਗਈ ਹੈ ਸਾਰੇ ਮਸਲੇ ਹੱਲ ਹੋ ਜਾਣਗੇ ਪੰਜ ਨੁਕਾਤੀ ਪ੍ਰੋਗਰਾਮ ਨੂੰ ਲੈ ਕੇ ਚੰਨੀ ਬਾਈ ਨੇ ਮੈਨੂੰ ਕਹਿ ਕੇ ਇਸ ਤੇ ਵਿਚਾਰ ਕਰਨ ਲਈ ਕੈਬਨਟ ਮੀਟਿੰਗ ਰੱਖੀ ਐ ਸੋ ਨਵਜੋਤ ਸਿੰਘ ਸਿੱਧੂ ਨੇ ਜਿਸ ਅੰਦਾਜ਼ ਦੇ ਵਿੱਚ ਜਿਸ ਲੇਜ਼ੇ ਦੇ ਵਿੱਚ ਗੱਲ ਕੀਤੀ ਹੈ ਉਸ ਤੇ ਜ਼ਰੂਰ ਸਵਾਲ ਉੱਠ ਰਹੇ ਨੇ ਚੰਨੀ ਬਾਈ ਕਹਿ ਕੇ ਸੰਬੋਧਨ ਕਰਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਵੱਲੋਂ ਇਹ ਕੁਝ ਲੋਕਾਂ ਨੂੰ ਨਹੀਂ ਪਸੰਦ ਆਇਆ ਇਸ ਦੇ ਦਰਮਿਆਨ ਖਬਰ ਇਹ ਵੀ ਮਿਲ ਰਹੀ ਹੈ ਕਿ ਪੰਜਾਬ ਦੇ ਬੀਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਵੱਲੋਂ 24 ਸਤੰਬਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੋਠੀ ਦਾ ਘਿਰਾਓ ਕੀਤਾ ਜਾਏਗਾ ਤੇ ਵੱਧ ਤੋਂ ਵੱਧ ਅਧਿਆਪਕਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਅਧਿਆਪਕ ਨੇ ਜਿਹੜੇ ਉਹ ਕੋਸ਼ਿਸ਼ ਕਰਨਗੇ ਕਿ ਨਵੇਂ ਮੁੱਖ ਮંત્રી ਉਹਨਾਂ ਦੇ ਨਾਲ ਬੈਠਕ ਕਰਕੇ ਉਹਨਾਂ ਦੀਆਂ ਮੰਗਾਂ ਦਾ ਜਿਹੜਾ ਉਹ ਹੱਲ ਕਰਨ ਕਿਉਂਕਿ ਮੁੱਖ ਮੰਤਰੀ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਦਾਵਾ ਵੀ ਕੀਤਾ ਹੈ ਕਿ ਮੈਂ ਸਭ ਦੀਆਂ ਮੰਗਾਂ ਪੂਰੀਆਂ ਕਰਾਂਗਾ ਤੁਸੀਂ ਬਸ ਆਪੋ ਆਪਣੀਆਂ ਡਿਊਟੀਆਂ ਤੇ ਚਲੇ ਜਾਓ ਹਾਲਾਂਕਿ ਇਹ ਬੇਰਜ਼ਗਾਰ ਅਧਿਆਪਕ ਨੇ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ